ਦੀ ਮਾਈ ਐਫਐਮ ਮੇਰੇ ਵੱਲੋਂ ਯਾਨੀ ਆਰ ਜੇ ਜੱਸੀ ਦੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੋ ਟੋਲ ਵਜਦਾ ਦੇ ਵਿੱਚ ਇੱਕ ਵਾਰੀ ਫੇਰ ਹਾਜ਼ਰ ਪੰਜਾਬੀ ਕਲਚਰ ਪੰਜਾਬੀ ਸੰਗੀਤਕ ਸੱਭਿਆਚਾਰ ਦੇ ਵਿੱਚੋਂ ਇੱਕ ਖਾਸ ਨਗੀਨੇ ਦੇ ਨਾਲ ਹਰ ਵਾਰੀ ਆਪਾਂ ਹਾਜ਼ਰ ਹੋਈਦਾ ਔਰ ਇੱਕ ਐਸਾ ਹੀ ਸ਼ਖਸ ਇਸ ਵਕਤ ਆਪਣੇ ਨਾਲ ਹੈ ਜਿਹੜਾ ਮਿਹਨਤਾਂ ਦੇ ਨਾਲ ਜਨੂਨ ਦੇ ਨਾਲ ਲੱਗਿਆ ਹੋਇਆ ਹੈ ਔਰ ਇੱਕ ਖਾਸ ਗੱਲ ਹੈ ਸ਼ਖਸ ਦੀ ਇਹ ਹੈ بڑے ਕੱਟ ਸਿੰਗਰ ਐਸੇ ਹੁੰਦੇ ਆ ਜਿਹੜੇ ਇੱਕ ਤੋਂ ਬਾਅਦ ਇੱਕ ਐਸੇ ਗਾਣੇ ਕੱਢਣ ਜਿਹੜੇ ਹਰ ਫੰਕਸ਼ਨ ਦੇ ਵਿੱਚ ਵੱਜਦੇ ਆ ਔਰ ਨੱਚਣ ਦੇ ਮਜਬੂਰ ਕਰਦੇ ਆ ਔਰ ਅੱਜ ਕੱਲ ਦੀ ਪਲਸ ਅੱਜ ਕੱਲ ਦੀ ਨਬਜ਼ ਨੂੰ ਪਛਾਣਦਾ ਹੋਇਆ ਯੂਥ ਦੀ ਨਬਜ਼ ਨੂੰ ਪਛਾਣਦਾ ਹੋਇਆ ਕਲਾਕਾਰ ਆਪਣੇ ਨਾਲ ਆ ਯਾਨੀ ਕਿ ਰੇਸ਼ਮ ਅਨਮੋਲ ਭਾਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਈ ਐਫ ਐਮ ਦੇ ਸਾਰੇ ਲਿਸਨਰ ਨੂੰ ਅ ਨਮਸਕਾਰ ਸਸਿਕਾ ਲਾਦਾ ਕੀ ਹਾਲ ਚਾਲ ਚੜਦੀ ਕਲਾ ਬਹੁਤ ਵਧੀਆ ਚੜਦੀ ਕਲਾ ਜੀ ਜ਼ਿੰਦਗੀ ਨੂੰ ਇੰਜੋਏ ਕਰ ਰਹੇ ਹੋ ਇੰਜੋਏ ਕਰ ਰਹੇ ਹਾਂ ਜੀ ਵੈਰੀ ਗੁੱਡ ਅੱਛਾ ਮੈਂ ਇੱਕ ਗੱਲ ਨੋਟ ਕੀਤੀ ਤੁਹਾਡੇ ਨਾਲ ਸਾਰੇ ਹੀ ਬੀਟ ਸੌਂਗਸ ਹੈਗੇ ਇਹ ਫੰਕਸ਼ਨ ਚ ਯਾਰਾਂ ਬੇਲੀਆਂ ਦੀ ਮਹਿਫਿਲ ਚ ਵੱਜਣ ਵਾਲੇ ਸੌਂਗ ਹੈ ਚੜਾਈ ਰਹਿੰਦੀ ਹੈ ਤੁਹਾਡੀ ਇਹ ਬੀਟ ਸੌਂਗਸ ਕੱਢਣ ਦਾ ਖਾਸ ਕਾਰਨ ਕੀ ਇਹ ਵੀ ਹੈ ਕਿ ਯਾਰ ਕਮਰਸ਼ੀਅਲ ਤੌਰ ਤੇ ਜ਼ਿਆਦਾ ਦੇਖਣਾ ਹੈ ਆਪਾਂ ਦੂਜੇ ਪਾਸੇ ਨਹੀਂ ਦੇਖਣਾ ਬਸ ਕਮਰਸ਼ੀਅਲ ਹੀ ਫੰਕਸ਼ਨ ਚ ਵੱਜਣੇ ਚਾਹੀਦੇ ਐਕਚੁਅਲੀ ਪਾਇਰੇਸੀ ਦਾ ਦੌਰ ਹੈ ਨਾ ਨਾ ਤਾਂ ਸੀਡੀ ਵਿਕਦੀ ਹੈ ਵਿਕਣੀ ਤਾਂ ਦੂਰ ਦੀ ਗੱਲ ਹੈ ਬਣਦੀ ਵੀ ਨਹੀਂ ਅ ਸੋਰਸ ਆਫ ਰਿਟਰਨ ਆਰਟਿਸਟਾਂ ਨੂੰ ਸਿਰਫ ਲਾਈਵ ਸ਼ੋਜ਼ ਹੈਗੇ ਹਾਂ ਉਹ ਵੀ ਤਾਂ ਮਿਲਦੇ ਆ ਜੇ ਗਾਣਾ ਸਾਡਾ ਡੀਜੇ ਤੇ ਵੱਜਦਾ ਹਾਂ ਫੰਕਸ਼ਨ ਚ ਪਾਰਟੀਆਂ ਚ ਲੋਕੀ ਇੰਜੋਏ ਕਰਦੇ ਆ ਸਾਨੂੰ ਲਾਈਵ ਸ਼ੋ ਤੇ ਸੱਦਦੇ ਆ ਹਾਂ ਔਰ ਉੱਥੇ ਲਾਈਵ ਸਾਨੂੰ ਗਾਉਣ ਦਾ ਮੌਕਾ ਮਿਲਦਾ ਇਸ ਕਰਕੇ ਕੋਸ਼ਿਸ਼ ਕਰੀਦੀ ਹੈ ਕਿ ਦੁੱਖਾਂ ਭਰੀ ਜ਼ਿੰਦਗੀ ਚ ਦੌੜ ਤੋਰ ਦੇ ਵਿੱਚ ਬੰਦੇ ਨੂੰ ਨੱਚਣ ਦਾ ਮੌਕਾ ਮਿਲੇ ਫਨ ਕਰਨ ਦਾ ਮੌਕਾ ਮਿਲੇ ਕੋਸ਼ਿਸ਼ ਰਹਿੰਦੀ ਹੈ ਕਿ ਹਾਸੇ ਆਣ ਚਿਹਰਿਆਂ ਤੇ ਖੁਸ਼ੀ ਆਵੇ ਔਰ ਨੱਚਣ ਦਾ ਦਿਲ ਕਰੇ ਸਹੀ ਗੱਲ ਹੈ ਹਜੇ ਤਾਂ ਆਪਣੀਆਂ ਗੱਲਾਂ ਦੀ ਸ਼ੁਰੂਆਤ ਹੋਈ ਹੈ ਮੈਂ ਚਾਹ ਰਿਹਾ ਸੀਗਾ ਗੱਲਾਂ ਦਾ ਕਾਰਵਾ ਜਿਹੜਾ ਆਪਾਂ ਅੱਗੇ ਲਗਾਤਾਰ ਜਾਰੀ ਰੱਖਣਾ ਹੈ ਨਾ ਉਸ ਤੋਂ ਪਹਿਲਾਂ ਉਹ ਨਵੇਂ ਗਾਣੇ ਦੀ ਤਰੰਗ ਹੋ ਜਾ ਇੱਕ ਵਾਰੀ ਜਿਹੜਾ ਅੱਜ ਕੱਲ ਹਰੇਕ ਦੀ ਜ਼ੁਬਾਨ ਤੇ ਹੈ ਜਿਹਨੂੰ ਸੁਣ ਕੇ ਹੀ ਜ਼ਰੂਰ ਚੜ ਜਾਂਦਾ ਬਿਲਕੁਲ ਤੁਸੀਂ ਵੀ ਮਾਈ ਐਫ ਐਮ ਵੀ ਸਾਰਾ ਸਰੂਰ ਚ ਹੀ ਲੱਗਦਾ ਮੈਨੂੰ ਜਦੋਂ ਵੀ ਤੁਹਾਨੂੰ ਸੁਣਦਾ ਮੈਂ ਕਿਉਂਕਿ ਅੱਜ ਕੱਲ ਸੀੜੀਆਂ ਦਾ ਜ਼ਮਾਨਾ ਗਿਆ ਹੈ ਨਾ ਗੱਡੀ 'ਚ ਸਾਡੇ ਵੀ ਮਾਈ ਐਫ ਐਮ ਚੱਲਦਾ ਹੁੰਦਾ ਅਰੇ ਵਾਹ ਔਰ ਸਪੈਸ਼ਲੀ ਤੁਹਾਡਾ ਸੈਕਟਰ 13 ਮੈਂ ਕਈ ਵਾਰੀ ਸ਼ੋਅ ਤਾਂ ਆਉਣਾ ਹੁੰਦਾ ਜਦੋਂ ਚੰਡੀਗੜ੍ਹ ਐਂਟਰ ਕਰਦੇ ਆ ਤੁਹਾਨੂੰ ਕਿ ਨਜ਼ਾਰਾ ਆ ਜਾਂਦਾ ਜ਼ਰੂਰ ਚੜ ਜਾਂਦਾ ਅਰੇ ਵਾਹ ਜੀ ਮੈਨੂੰ ਹੋ ਜਾਵੇ ਵੀ ਇੱਕ ਜ਼ਰੂਰ ਹਾਂਜੀ ਜੀ ਚੜਦੀ ਜਵਾਨੀ ਦੇ ਸਰੂਰ ਚ ਰਹਾ ਨਾ ਗਰੂਰ ਚ ਰਹਾ ਨਾ ਫਤੂਰ ਚ ਰਹਾ ਲੋਕ ਕਹਿੰਦੇ ਗੱਬਰੂ ਆਕੜ ਕਰਦਾ ਮੈਂ ਤਾਂ ਮੂੜ ਚ ਰਹਾ ਮੈਂ ਕਿ ਚੜਾਈ ਸਾਡੀ ਵਹਿਰੀਆਂ ਦੀ ਹਕ ਯਾਰੋ ਸੜੀ ਪਈ ਐ ਸੁੱਖ ਨਾਲ ਡੱਬੀ ਹਲੇ ਪਰੀ ਪਈ ਐ ਅੱਖ ਚੜੀ ਪਈ ਐ ਗਰਾਰੀ ੜੀ ਪਈ ਐ ਸੁਕ ਨਾਲ ਡੱਬੀ ਹਲੇ ਪਰਿ ਪਈ ਐ ਅੱਖ ਝੜੀ ਪਈ ਐ ਗਰਾਰੀ ਅੜੀ ਪਈ ਐ ਅਰੇ ਬਹੁਤ ਖੂਬ ਅੱਛਾ ਰੇਸ਼ਮ ਬਾਈ ਸੱਚੀ ਸੱਚੀ ਦੱਸਿਓ ਕਿ ਤੁਹਾਨੂੰ ਕਦੀ ਕਿਸੇ ਨੇ ਇਹ ਕਿਹਾ ਕਿ ਤੁਹਾਡਾ ਫੇਸ ਇੱਕ ਪੁਰਾਣੇ ਆਰਟਿਸਟ ਨਾਲ ਰਿਜ਼ੈਂਬਲ ਕਰਦਾ ਬੜਾ ਮੇਲ ਖਾਂਦਾ ਕਿਦੀ ਕਿਸੇ ਨੇ ਕਿਹਾ ਮੈਨੂੰ ਲੱਗਿਆ ਇਹ ਨਹੀਂ ਫੇਸ ਤਾਂ ਨਹੀਂ ਮੈਨੂੰ ਕਿਸੇ ਨੇ ਫੇਸ ਵੀ ਔਰ ਜਿਹੜੀ ਆਵਾਜ਼ ਹੈ ਨਾ ਫੋਕ ਹੈ ਫੋਕ ਹੈ ਔਰ ਜਿਹੜੇ ਸਿੰਗਿੰਗ ਦੇ ਜਿਹੜੇ ਲੇਜੈਂਡ ਰਹੇ ਆ ਮਹਾਰਥੀ ਰਹੇ ਉਹਨਾਂ ਨਾਲ ਵੀ ਤੁਹਾਡੀ ਆਵਾਜ਼ ਮੇਲ ਖਾਂਦੀ ਕਿਹਦੇ ਕਿਹਦੇ ਨਾਲ ਮੈਂ ਮਾਨਕ ਸਾਹਿਬ ਦੇ ਚਰਨਾਂ 'ਚ ਰਹਿਣ ਦਾ ਮੌਕਾ ਮਿਲਿਆ ਮੈਨੂੰ ਉਹ ਚਲਕ ਪੈਂਦੀ ਹੈ ਮਤਲਬ ਇਹੀ ਕਹਿਣ ਲੱਗਿਆ ਸੀਗਾ ਬਾਪੂ ਦੇਵ ਤ੍ਰਿਕੇ ਵਾਲਾ ਜੀ ਮੈਂ ਆਵਾਜ਼ ਪੰਜਾਬ ਦੀ ਸੀਗਾ ਮੈਂ ਤੇ ਵੀਰਾ ਰਣਜੀਤ 바ਵਾ ਅੱਛਾ ਉਹ ਤੋਂ ਸੈਮੀ ਫਾਈਨਲ 'ਚ ਬਾਹਰ ਨਿਕਲੇ ਸੀ ਸਾਨੂੰ ਲੱਗਿਆ ਕਿ ਦੁਨੀਆ ਖਤਮ ਹੋ ਗਈ ਹੁਣ ਹੈਨਾ ਓਏ ਹੋਏ ਤੇ ਬਾਪੂ ਦੇਵ ਤ੍ਰਿਕੇ ਵਾਲੇ ਨੇ ਸਾਨੂੰ ਸੁਣਿਆ ਕੰਟੈਕਟ ਕੀਤਾ ਮੈਨੂੰ ਘਰੇ ਬੁਲਾਇਆ ਤੇ ਮੈਨੂੰ ਉਸਤਾਦ ਕੁਲਦੀਪ ਮਾਨਕ ਜੀ ਕੋਲ ਲੈ ਕੇ ਗਏ ਅੱਛਾ ਉਹਨਾਂ ਨੂੰ ਇਨੀ ਪਸੰਦ ਤਾਂ ਮਾਨਕ ਸਾਹਿਬ ਦੇ ਘਰੇ ਬੈਠੇ ਸੀਗੇ ਮਾਨਕ ਸਾਹਿਬ ਕਹਿੰਦੇ ਹਾਂ ਵੀ ਪਤਰਾ ਪੂਜਾ ਨਾਲ ਗਾਉਣਾ ਹੈ ਉਹਨਾਂ ਦੀ ਮੂੰਹ ਫਟ ਸਿੱਧੇ ਦਿਲ ਦੇ ਜਮਾਈ ਮੂੰਹ ਤੇ ਕਹਿ ਦੇਣਾ ਜੋ ਕਹਿ ਦੇਣਾ ਸੱਚੇ ਦਿਲ ਦੇ ਸੀਗੇ ਪਰ ਮਸਕਰੀਆਂ ਕਰਨੀ ਉਹਨਾਂ ਦੀ ਨੇਚਰ ਸੀਗੀ ਮੈਂ ਕਿਹਾ ਨਹੀਂ ਜੀ ਪੂਜਾ ਨਾਲ ਨਹੀਂ ਗਾਉਂਦਾ ਹਾਂ ਮੈਂ ਥੋੜਾ ਬਹੁਤ ਗਾਲੇ ਨਾ ਅੱਛਾ ਕਹਿੰਦਾ ਵੋ ਮੁੰਡੇ ਕੋਲ ਪੈਗ ਪਾਓ ਫਿਰ ਇੱਕ ਅੱਛਾ ਮਜ਼ਾਕ ਏ ਚ ਮੈਂ ਕਿਹਾ ਸਤ ਜੀ ਮੈਂ ਪੀਤੀ ਨਹੀਂ ਕਦੇ ਉਹ ਜਿਹੜਾ ਸਾਲਾ ਪਿੰਦਾ ਨਹੀਂ ਉਹ ਕੀ ਗਾਲੂਗਾ ਕਹਿੰਦਾ ਅੱਛਾ ਮਜ਼ਾਕ ਕਰਦੇ ਸੀ ਪਿਆਰ ਨਾਲ ਮੈਂ ਕਿਹਾ ਠੀਕ ਹੈ ਜੀ ਮੈਂ ਗਾਣਾ ਸੁਣਾ ਤੁਹਾਨੂੰ ਹੀਰ ਦੀ ਕਲੀ ਮੈਂ ਮਾਨਕ ਸਾਹਿਬ ਦੇ ਘਰੇ ਬੈਠੇ ਸੀ ਇਹ ਹੈਗੀ 2008-09 ਦੀ ਗੱਲ ਹੈ ਅੱਛਾ ਮੈਂ ਸੁਣਾਈ ਹੀਰ ਦੀ ਕਲੀ ਤਾਂ ਮੈਨੂੰ ਗਲਵਕੜੀ ਚ ਲੈ ਲਿਆ ਮਾਨਕ ਸਾਹਿਬ ਨੇ ਅੱਛਾ ਇਹ ਮਾਨਕ ਸਾਹਿਬ ਦੀ ਗਾਇਹੀ ਉਹੀ ਹੀ ਸੁਣਾਈ ਸੀ ਤੁਸੀਂ ਉਹਨਾਂ ਨੂੰ ਉਹਨਾਂ ਦੀ ਗਾਇਹੀ ਉਹਨਾਂ ਦੇ ਘਰੇ ਬੈਠੇ ਦੇਵ ਸਾਹਿਬ ਮੈਨੂੰ ਲੈ ਕੇ ਗਏ ਸੀ ਅੱਛਾ ਮੈਂ ਸੁਣਾਈ ਤਾਂ ਮੈਨੂੰ ਜੱਫੀ ਚ ਲੈ ਲਿਆ ਮੈਂ ਪਿਛਲੇ ਹਫਤੇ ਉਹਨਾਂ ਦੀ ਵਰਸੀ ਤੇ ਫੋਟੋ ਪਾਈ ਸੀ ਫੇਸਬੁੱਕ ਤੇ ਅੱਛਾ ਉਹਨਾਂ ਦਾ ਯਾਦਾਂ ਹੀ ਰਹਿ ਗਈਆਂ ਖैर ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਾਫੀ ਕੁਝ ਸਿਖਾਇਆ ਸਪੈਸ਼ਲੀ ਲਾਈਵ ਗਾਇਕੀ ਜਦੋਂ ਆਪਾਂ ਖਾੜੇ ਦੀ ਗੱਲ ਕਰਦੇ ਆਂ ਲਾਈਵ ਕੰਸਰਟ ਦੀ ਸ਼ੋਅ ਗੱਲ ਕਰਦੇ ਆਂ ਮਾਨਕ ਸਾਬ ਕਿਹਾ ਕਰਦੇ ਸਨ ਗਾਣਾ ਕਿਸੇ ਦਾ ਵੀ ਹਿੱਟ ਹੋ ਸਕਦਾ ਪਰ ਆਰਟਿਸਟ ਹਿੱਟ ਉਦੋਂ ਹੁੰਦਾ ਜਦੋਂ ਲਾਈਵ ਲੋਕੀ ਉਹਨੂੰ ਸੁਣਦੇ ਆ ਜੇ ਵੈਡਿੰਗ ਤੇ ਬੁਲਾਉਂਦੇ ਆ ਜਾਂ ਕਿਸੇ ਆਪਣਾ ਆਪਾਂ ਕਿਸੇ ਮੇਲੇ ਤੇ ਆ ਗਏ ਕਿਸੇ ਵੀ ਲਾਈਵ ਕੰਸਰਟ ਦੇ ਵਿੱਚ ਲੋਕੀ ਸਾਨੂੰ ਸੁਣਦੇ ਆ ਤਾ ਆਪਾਂ ਅਸਲੀ ਆਰਟਿਸਟ ਹੈ ਤਾਂ ਉਹਨਾਂ ਦਾ ਆਸ਼ੀਰਵਾਦ ਹੈ YouTube ਤੇ ਵੀ ਮੈਨੂੰ ਟੀਚ ਕਰ ਰਹੇ ਹੈ ਕਈ ਵੀਡੀਓ ਸਾਡੇ ਹੈਗੇ ਹੈ ਲਾਸਟ ਔਰ ਉਹਨਾਂ ਵਰਗਾ ਆਰਟਿਸਟ ਮੈਨੀ ਸਮਝਦਾ ਦੁਆਰਾ ਪੈਦਾ ਹੋਣਾ ਹੈ ਸਹੀ ਗੱਲ ਹੈ ਤਾਂ ਹੀ ਜਦੋਂ ਮੈਂ ਲਾਈਵ ਗਾਉਣਾ ਹੈ ਕਈ ਵਾਰੀ ਮੈਨੂੰ ਕਈ ਮਿਲਦੇ ਹੈ ਫੈਨਸ ਜਾਂ ਸਪੋਰਟਰ ਜਾਂ ਬਜ਼ੁਰਗ ਅਕੇ ਤਾ ਉਹ ਕਹਿੰਦੇ ਆ ਵੀ ਸਾਨੂੰ ਸਵਾਦ ਆ ਗਿਆ ਸੁਣ ਕੇ ਔਰ ਚਲਕ ਪੈਂਦੀ ਆ ਮਾਨਕ ਸਾਹਿਬ ਦੇ ਜਿਵੇਂ ਮਾਨਕ ਸਾਹਿਬ ਹੱਕ ਦੇ ਜੋਰ ਨਾਲ ਗਾਉਂਦੇ ਰਹੇ ਆ ਨਾ ਉਵੇਂ ਜਦੋਂ ਤੁਸੀਂ ਗਾਉਂਦੇ ਹੋ ਨਾ ਉਹ ਚਲਕ ਜੀ ਪੈਂਦੀ ਆ ਉਹਦਾਂ ਦੀ ਤੇ ਇੱਥੇ ਮੈਂ ਗੱਲ ਸੋਚ ਰਹੀ ਜਦੋਂ ਤੁਸੀਂ ਹੁਣੇ ਗੱਲ ਕਹੀ ਕਿ ਤੁਸੀਂ ਮਾਨਕ ਸਾਹਿਬ ਨੂੰ ਹੀਰ ਵਾਲੀ ਕਲੀ ਸੁਣਾਈ ਹੀਰ ਦੀ ਕਲੀ ਤੇ ਉਹ ਕਲੀ ਤਾਂ ਉਹਨਾਂ ਦੀ ਬਹੁਤ ਏ ਕਿਹੜੀ ਵਾਲੀ ਗੱਲ ਕਰ ਰਹੇ ਹੋ ਬਲਾਈ ਕਿਹੜੀ ਗਾਕੀ ਹੋ ਜੇ ਗਾਕੀ ਹੋ ਜੇ ਹਾਂਜੀ ਉਹ ਕਲੀ ਸੀਗੀ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ ਹਾਂ ਜੀ ਕਹਿਰ ਉਹਦਾ ਸੈਕਿੰਡ ਪਾਰਟ ਫਿਰ ਬਾਪੂ ਦੇਵ ਸਾਹਿਬ ਨੇ ਮਾਨਕ ਸਾਹਿਬ ਤੋਂ ਬਾਅਦ ਮੈਥੋਂ ਗਵਾਇਆ ਅੱਛਾ ਦੋ ਲੈਣਾ ਉਹ ਦੀਆਂ ਮਿਕਸ ਕਰਕੇ ਦੋ ਪ੍ਰਾਣੀਆਂ ਮਾਨਕ ਸਾਹਿਬ ਵਾਲੀਆਂ ਬਹੁਤ ਹੀ ਖੂਬ ਦੋਵੇਂ ਮਿਕਸ ਕਰਦਾ ਜੀ ਟਿੱਲੇ ਵਾਲੇ ਅਵੇ ਅੱਜ ਪਿੰਡ ਤਾਂ ਰੰਗ ਪੂਰੇ ਖੇੜਿਆਂ ਦੇ ਉੱਡਦੀ ਦਿਸਦੀ ਮੈਨੂੰ ਹੀਰ ਦੀ ਫੁਲਕਾਰੀ ਉੱਡਦੀ ਦਿਸਦੀ ਮੈਨੂੰ ਹੀਰ ਦੀ ਫੁਲਕਾਰੀ ਇਸੇ ਕੀ ਨਵੀਆਂ ਲੈਣਾ ਜਿਹੜੀਆਂ ਮਹਿੰਗਾਈਆਂ ਸੀਗੀਆਂ ਦੇਵ ਸਾਹਿਬ ਨੇ ਲਿਖਿਆ ਸੀ ਕਿ ਹੁਣ ਦੋ ਲੈਣਾ ਪੁਰਾਣੀਆਂ ਸੁਣਾਉਣਾ ਤੁਹਾਨੂੰ ਗੋਰੀ ਥੌਣ ਦਿਵਾਲੇ ਕਾਲੀ ਗਾਨੀ ਜੱਟੀ ਦੇ ਮੈਂ ਛੱਦ ਕੇ ਗੋਰੀ ਥੌਣ ਦਿਵਾਲੇ ਕਾਲੀ ਗਾਨੀ ਜੱਟੀ ਦੇ ਤੌਣ ਸੁਰਾਹੀ ਮੰਗੀ ਮਿਰਗਾ ਤੋੜਿ ਉਧਾਰੀ ਤੌਣ ਸੁਰਾਹੀ ਮੰਗੀ ਮਿਰਗਾ ਤੋਰੀ ਉਧਾਰੀ ਹੋ ਅਰੇ ਬਹੁਤ ਹੀ ਖੂਬ ਅੱਛਾ ਰੇਸ਼ਮ ਬਾਈ ਜਿਹੜੇ ਤੁਹਾਡੇ ਲਾਈਵ ਸ਼ੋਜ਼ ਹੁੰਦੇ ਆ ਫਿਰ ਤਾਂ ਤੁਸੀਂ ਮਾਨਕ ਸਾਹਿਬ ਦੇ ਸੌਂਗਸ ਨੂੰ ਵਿੱਚ ਮਿਕਸ ਕਰਦੇ ਹੋਵੋਗੇ ਬਹੁਤ ਜ਼ਿਆਦਾ ਬਿਲਕੁਲ ਜੀ ਸਪੈਸ਼ਲੀ 10 ਜਾਂ 15 ਮਿੰਟ ਦਾ ਇੱਕ ਸੈਸ਼ਨ ਮੈਂ ਰੱਖਿਆ ਹੋਇਆ ਜਦੋਂ ਮੈਂ ਸ਼ੁਰੂ ਕਰਦਾ ਹਾਂ ਪ੍ਰੋਗਰਾਮ ਅੱਛਾ ਤਾਂ ਮੈਂ ਜ਼ਰੂਰ ਉਹਨਾਂ ਦਾ ਆਪਣਾ ਮੈਡਲੇ ਉਹਨਾਂ ਦਾ ਮੈਂ ਜ਼ਰੂਰ ਗਾਣਾ ਬਹੁਤ ਐਪਰੀਸ਼ੀਏਟ ਕਰਦੀ ਹੈ ਪਬਲਿਕ ਇੱਕ ਵਾਰੀ ਲਾਸਟ ਈਅਰ ਰਤਿਆ ਦੇ ਵਿੱਚ ਸ਼ੋ ਸੀਗਾ ਮੇਰਾ ਅੱਛਾ ਉਦੋਂ ਮੈਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਗਾ ਰਿਆ ਸੀਗਾ ਉਸ ਤੋਂ ਬਾਅਦ ਮੈਂ ਹੀਰ ਗਾਈ ਪ੍ਰੋਗਰਾਮ ਖਤਮ ਹੋਇਆ ਐਂਡ 'ਚ ਇੱਕ ਬਜ਼ੁਰਗ ਆਪਣੀ ਫੈਮਿਲੀ ਦੇ ਨਾਲ ਹਜ਼ਾਰ ਦਾ ਨੋਟ ਫੜਿਆ ਉਹਨੇ ਅੱਛਾ ਅੱਖਾਂ 'ਚ ਉਹਦੇ ਪਾਣੀ ਅੱਛਾ ਬੈਕ ਸਟੇਜ ਮੈਨੂੰ ਆ ਕੇ ਮਿਲਿਆ ਮੈਂ ਕਿ ਅੰਕਲ ਜੀ ਕੀ ਗੱਲ ਹੋ ਗਈ ਮੈਨੂੰ ਜੱਫੀ 'ਚ ਪਾ ਲਿਆ ਉਹਨੇ ਰੋਣ ਲੱਗ ਗਿਆ ਮੈਂ ਕਿ ਗੱਲ ਤਾਂ ਦੱਸੋ ਕੀ ਹੈ ਕਹਿੰਦਾ ਮੈਨੂੰ ਬੜੇ ਚਿਰਾਂ ਬਾਅਦ ਉਹ ਵਾਰ ਕਹਿੰਦੀ ਮੈਂ ਅਸ ਤੋਂ 20 ਸਾਲ ਪਹਿਲਾਂ ਕਿਤੇ ਲਾਈਵ ਖਾੜਾ ਦੇਖਿਆ ਸੀ ਆਪਣੀ ਜਵਾਨੀ ਦੇ ਵੇਲੇ ਮਾਨਕ ਸਾਹਿਬ ਦਾ ਔਰ ਉਸ ਤੋਂ 15-20 ਸਾਲ ਬਾਅਦ ਅੱਜ ਮੈਨੂੰ ਉਹ ਆਨੰਦ ਆਇਆ ਦੇਖ ਕੇ ਕਹਿੰਦਾ ਮੈਨੂੰ ਉਹ ਚਲ ਕੇ ਦੇਖੀ ਆ ਉਹ ਸਵਾਦ ਆਇਆ ਉਸ ਲੈਵਲ ਦਾ ਇੱਕ ਤਾਂ ਸ਼ਹੀਦਾਂ ਦਾ ਜ਼ਿਕਰ ਸੀਗਾ ਗੁਰਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਜ਼ਿਕਰ ਉਹਦੇ ਚ ਇੱਕ ਉਹ ਗੱਲ ਹੋ ਗਈ ਦੂਜਾ ਮਾਨਕ ਸਾਹਿਬ ਔਰ ਲਾਈਵ ਗਾਇਕੀ ਸਾਰੀ ਤਾਂ ਇਦਾਂ ਦੇ ਇਨਸੀਡੈਂਟ ਕਈ ਵਾਰੀ ਹੁੰਦੇ ਆ ਸਾਨੂੰ ਲੱਗਦਾ ਕਿ ਰੱਬ ਨੇ ਜਿਸ ਮਕਸਦ ਲਈ ਭੇਜਿਆ ਉਹ ਪੂਰਾ ਹੋ ਰਿਹਾ ਹਾਂ ਇਹ ਵੀ ਗੱਲ ਅੱਛਾ ਮੈਂ ਇਹ ਗੱਲ ਹੋਰ ਨੋਟ ਕੀਤੀ ਜਿਨ੍ਹਾਂ ਨੇ ਤੁਹਾਡੇ ਸੌਂਗਸ ਜ਼ਾੜਾ ਜਿਹੜੇ ਸਪੈਸ਼ਲ ਸੌਂਗਸ ਵਰਡਸ ਵਿੱਚ ਆਉਂਦੇ ਆ ਜੀ ਇਹਨਾਂ ਦੇ ਉੱਤੇ ਨਾ ਮੇਰੀ ਨਿਗਾ ਸੀ ਫਿਰ ਮੈਂ ਸੋਚਿਆ ਮੇਰੇ ਦਿਮਾਗ 'ਚ ਇੱਕ ਦੁਆਰ ਵਾਰ ਘੁੰਮਦੇ ਸੀ ਮੈਂ ਕਿ ਮੈਂ ਰਸ਼ਮ ਬਾਈ ਤੋਂ ਪੁੱਛੂੰਗਾ ਜਿਵੇਂ ਤੁਸੀਂ 나ਗਣੀ ਵਰਡ ਡੱਬੀ ਹੋ ਗਿਆ ਫੀਮ ਹੋ ਗਿਆ ਜਿਹੜੇ ਐਦਾਂ ਦੇ ਵਰਡਸ ਆ ਠੀਕ ਹੈ ਯੂਥ ਦੇ ਵਿੱਚ ਚੱਲਦੇ ਆ ਇਹ ਪਰ ਇਹ ਤੁਹਾਡੀ ਚੁਆਇਸ ਰਹਿੰਦੀ ਹੈ ਕਿ ਐਦਾਂ ਦੇ ਵਰਡਸ ਆਪਾਂ ਹਰੇਕ ਗਾਣੇ 'ਚ ਰੱਖਣੀ ਰੱਖਣੇ ਨਹੀਂ ਐਕਚੁਅਲੀ ਪਹਿਲਾਂ ਮੈਨੂੰ ਗਾਲਾਂ 나ਗਣੀ ਵਨ ਗਾਣਾ ਆਇਆ ਸੀ ਮੇਰਾ 2 ਸਾਲ ਪਹਿਲਾਂ ਹਾਂ ਉਹ ਗਾਣਾ ਸੀਗਾ ਕੰਪਨੀ ਦੀ ਚੁਆਇਸ ਸੀਗਾ ਉਹ ਮੈਂ ਮੈਨੂੰ ਪਸੰਦ ਨਹੀਂ ਸੀਗਾ ਉਹ ਗਾਣਾ ਉਹਦੇ ਨਾਲ ਮੈਨੂੰ ਲੱਗਿਆ ਯੂਥ ਨੂੰ ਇੱਕ ਮੈਸੇਜ ਵਧੀਆ ਨਹੀਂ ਜਾ ਰਿਹਾ ਅੱਤਾਂ ਸੈਕਿੰਡ ਗਾਣਾ ਆਪਾਂ ਨੇ ਇੱਕ ਅਮਲੀ ਬੰਦੇ ਦੀ ਸਟੋਰੀ ਹੈ ਉਹ ਪੇਸ਼ ਕੀਤਾ ਜਿਹਦੇ ਚ ਉਹਦਾ ਮਾਲ ਮੁੱਕ ਜਾਂਦਾ ਹੈ ਉਧਰ ਸਹੇਲੀ ਵੀ ਤੰਗ ਹੋ ਕੇ ਛੱਡ ਜਾਂਦੀ ਹੈ ਕਿਉਂਕਿ ਸਾਡੇ ਕਲਚਰ ਚ ਛੜਿਆਂ ਤੇ ਅਮਲੀਆਂ ਤੇ ਗਾਣੇ ਬਹੁਤ ਆਪਾਂ ਸੁਣਦੇ ਆ ਰਹੇ ਹਾਂ ਮਿਲਕ ਤੋਂ ਫਿਰ ਐਂਡ ਚ ਮੈਂ ਉਹਦੇ ਚ ਇੱਕ ਮੈਸੇਜ ਰੱਖਿਆ ਸੀ ਤੇਰੇ ਤੋਂ ਵੀ ਪਹਿਲਾਂ ਡੰਗ ਗਈ ਸੀ 나ਗਣੀ ਜਿਹਦਾ ਤਾਂ ਵਿਛੋੜਾ ਤੇਰੇ ਤੋਂ ਵੀ ਮਾੜਾ ਨਹੀਂ ਨਸ਼ਿਆਂ ਚੋਂ ਕੁਝ ਨਾ ਕਿਸੇ ਨੇ ਖੱਟਿਆ ਕੁੰਝੇ ਲੱਗੇ ਬੈਠਾ ਰੇਸ਼ਮ ਵਿਚਾਰਾ ਨਹੀਂ ਓਏ ਹੋਏ ਮੈਂ ਕਿ ਨਾਲ ਆਪਾਂ ਮੈਸੇਜ ਰੱਖੀਏ ਕਿ ਅਮਲੀ ਬੰਦੇ ਦਾ ਐਂਡ ਹਮੇਸ਼ਾ ਮਾੜਾ ਹੀ ਹੁੰਦਾ ਹਾਂ ਇਹ ਜੀ ਅੱਛਾ ਜਿਵੇਂ ਤੁਸੀਂ ਆਪ ਇੱਕ ਯੂਥ ਦਾ ਹਿੱਸਾ ਹੋ ਹਾਂਜੀ ਆਪ ਤੁਸੀਂ ਜਵਾਨ ਹੋ ਜਦੋਂ ਯਾਰਾਂ ਬੇਲੀਆਂ ਦੇ ਨਾਲ ਆਪਾਂ ਬੈਠੀਦਾ ਬਹੁਤ ਵਰਡਸ ਐਦਾਂ ਦੇ ਨਿਕਲਦੇ ਆ ਜਿਵੇਂ ਤੁਹਾਡਾ ਉਹ ਗਾਣਾ ਸੀਗਾ ਅ ਮੇਰੇ ਦਿਮਾਗ ਚੋਂ ਨਿਕਲ ਗਿਆ ਉਹ ਗਾਣਾ ਕਿਤੇ ਕਰਦਾ ਹੁੰਦਾ ਹੈ ਸਰ ਲਾਲਪਰੀ ਦਾ ਹਾਂ ਇਹ ਵੀ ਹੈ ਔਰ ਭਾਬੀ ਤੁਹਾਡੀ ਐਂਡ ਹੈ ਭਾਬੀ ਤੁਹਾਡੀ ਇਹ ਗੱਲਾਂ ਚੋਂ ਨਿਕਲੇ ਹੋਏ ਸ਼ਬਦ ਹੈ ਗੱਲਾਂ ਚੋਂ ਗੱਲ ਨਿਕਲੀ ਹੋਈ ਹੈ ਭਾਬੀ ਬੜੀ ਤੁਹਾਡੀ ਐਂਡ ਹੈ ਉਹ ਤੋਂ ਗਾਣਾ ਬਣ ਗਿਆ ਹੈ ਨਾ ਇਹ ਇਹ ਤੁਸੀਂ ਨੋਟ ਕਰਦੇ ਰਹਿੰਦੇ ਹੋ ਯਾਰ ਜਿਹੜੀ ਆਪਣੇ ਆਮ ਚ ਗੱਲਾਂ ਹੁੰਦੀਆਂ ਇਹਨਾਂ ਚੋਂ ਗਾਣੇ ਬਣਨੇ ਐਕਚੁਅਲੀ ਮੇਰੇ ਪਿਛਲੇ 3-4 ਗਾਣੇ ਆ ਜਿਹੜੇ ਭਾਬੀ ਤੁਹਾਡੀ ਐਂਡ ਹੈ ਜਾਂ ਕਰਾਹੂ ਕੇਤੂ ਗਾਣਾ ਆਇਆ ਸੀਗਾ ਹਾਂ ਹਾਂ ਔਰ ਮਾਣਨਾ ਕਰੀ ਮੈਂ ਚੇਤੇ ਕਰਦਾ ਸਾਰੀਆਂ ਪ੍ਰੈਕਟੀਕਲ ਗੱਲਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਆਪਾਂ ਆਪਸ ਚ ਕਹਿ ਦਿੰਦੇ ਆ ਯਾਰ ਭਾਬੀ ਦਾ ਸਹਰਾ ਹੀ ਆ ਹੱਥ ਹੈ ਨਾ ਹੀ ਰੰਡ ਹੈ ਔਰ ਉਹਧੋਂ ਉਹ ਗਾਣਾ ਰਵੀ ਰਾਜ ਵੀਰੇ ਨੇ ਲਿਖਿਆ ਸੀ ਬਹੁਤ ਹੀ ਅੱਛੇ ਰਾਈਟਰ ਨੇ ਸਾਡੀ ਇੰਡਸਟਰੀ ਦੇ ਔਰ ਇਦਾਂ ਹੀ ਜਿਹੜਾ ਗਾਣਾ ਸੀਗਾ ਚੇਤੇ ਕਰਦਾ ਉਹ ਸਾਰਿਆਂ ਦੀ ਲਾਈਫ ਦੀ ਪ੍ਰੈਕਟੀਕਲੀ ਗੱਲ ਸੀਗੀ ਹੈ ਨਾ ਜਦੋਂ ਮਹਿਫਿਲ ਲੱਗੀ ਹੁੰਦੀ ਹੈ ਯਾਰਾਂ ਦੋਸਤਾਂ ਦੀ ਫਿਰ ਆਪਾਂ ਕਹਿੰਦੇ ਆ ਯਾਰ ਅੱਜ ਫਲਾਣੇ ਨੂੰ ਫੋਨ ਕਰੀਏ ਨਾਲ ਪੜਦਾ ਸੀ ਚਲ ਯਾਰ ਕਹਿੰਦੇ ਤੇਰੀ ਸਹੇਲੀ ਨੂੰ ਫੋਨ ਲਾਣੇ ਆ ਦੇਖਦੇ ਆ ਭਾਬੀ ਕੀ ਕਹਿੰਦੀ ਹੈ ਹਾਂ ਤਾਂ ਉਹ ਸਾਰੀ ਪ੍ਰੈਕਟੀਕਲ ਗੱਲ ਸੀਗੀ ਤਾਂ ਉਹਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਬੀਬੀਸੀ ਇੰਗਲੈਂਡ ਦੇ ਵਿੱਚ ਹਜੇ ਵੀ ਗਾਣਾ ਚਾਰਟ ਦੇ ਵਿੱਚ ਹੈ ਅਗਲਾ ਸਾਲ ਚੱਲ ਰਿਹਾ ਅਰੇ ਵਾਹ ਹਾਂਜੀ ਵਾਕੇ ਉਹ ਗਾਣਾ ਹੈਵੀ ਬੜਾ ਕਹਿਰ ਹੈ ਨਾ ਅੱਛਾ ਜਿਵੇਂ ਜਿਵੇਂ ਇਹ ਇਹ ਪੁੱਛਾਂ ਰਿਸ਼ਮ ਨੂੰ ਕਿ ਰਿਸ਼ਮ ਦੇਖੋ ਬਹੁਤ ਗਾਣੇ ਹੁੰਦੇ ਆ ਜਿਹੜੇ ਤੁਹਾਨੂੰ ਇੱਕ ਲੈਵਲ ਤੋਂ ਦੂਜੇ ਲੈਵਲ ਤੇ ਲੈ ਕੇ ਜਾਂਦੇ ਆ ਪਰ ਕੋਈ ਨਾ ਪਰ ਕਿਹੜੇ ਗਾਣੇ ਨੂੰ ਤੁਸੀਂ ਆਪਣਾ ਸਿਰਨਾਵਾ ਮੰਨਦੇ ਹੋ ਸਿਰਨਾਵਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੋਂ ਰਿਸ਼ਮ ਨੂੰ ਇਹ ਲੱਗਿਆ ਲੇ ਭਾਈ ਹੁਣ ਆਪਾਂ ਪੂਰੇ ਟਰੈਕ ਤੇ ਆ ਗਏ ਆ ਹੁਣ ਆਪਾਂ ਅੱਗੇ ਹੀ ਨਿਕਲਣਾ ਤੇ ਸਿੰਗਿੰਗ ਚ ਅੱਗੇ ਨਿਕਲਣਾ ਕਿਹੜੇ ਗਾਣੇ ਨੂੰ ਤੁਸੀਂ ਸਰਨਾਵਾ ਮੰਨਦੇ ਹੋ ਜਿਹਨੇ ਸਭ ਤੋਂ ਪਹਿਲਾਂ ਪਛਾਣ ਬਣਾਈ ਰੇਸ਼ਮ ਦੀ ਸਭ ਤੋਂ ਪਹਿਲਾਂ ਮੇਰਾ ਜਿਹੜਾ ਡੀਜੇ ਹਿੱਟ ਹੋਇਆ ਸੀ ਗੋਰੀ ਦੀਆਂ ਗੋਰੀਆਂ ਬਾਹਾਂ ਚ ਕੰਗਣਾ ਕੰਗਣੇ ਤੇ ਮਿੱਤਰਾਂ ਦਾ ਨਾਮ ਲਿਖਿਆ 2012 ਚ ਟਰੈਕ ਆਇਆ ਸੀਗਾ ਹਾਂ ਇਹ ਮਲਟੀ ਐਲਬਮ ਸੀਗੀ ਮੈਂ ਲੈਂਬਰ ਭਾਜੀ ਔਰ ਬਲਵੀਰ ਵੋਪਰ ਆਏ ਜੀ ਮਿਸ ਪੂਜਾ ਸੁਰਿੰਦਰ ਚਿੰਦਾ ਜੀ ਇੰਦਰਜੀਤ ਨਿੱਕੂ ਭਾਜੀ ਕਾਫੀ ਆਰਟਿਸਟ ਸੀਗੇ ਉਹ ਮਲਟੀ ਐਲਬਮ ਸੀਗੀ ਪਰ ਉਹ ਟਾਈਟਲ ਟਰੈਕ ਸੀਗਾ ਕੰਗਣਾ ਮੇਰਾ ਟੀ ਸੀਰੀਜ਼ ਤੋਂ ਆਇਆ ਸੀਗਾ ਉਹ ਗਾਣਾ ਮੈਂ ਚਾਹਾਂਗਾ ਕਿ ਜਰੂਰ ਆਪਾਂ ਰੋਕ ਰਿਹਾ ਦੱਸ ਅਰੇ ਮੈਂ ਚਾਹਾਂ ਸੀ ਇਹ ਦੋ ਬੋਲ ਹਾਂ ਜੀ ਗਾ ਕੇ ਹੋ ਜਾਣ ਚੋਰੀ ਚੋਰੀ ਲਿਖਵਾ ਕੇ ਹੁਣ ਰੱਖਦੀ ਛੁਪਾ ਕੇ ਚੋਰੀ ਲਿਖਵਾ ਕੇ ਹੁਣ ਰੱਖਦੀ ਛੁਪਾ ਕੇ ਜਿਉ ਉਹ ਸਾਡੇ ਉੱਤੇ ਮਰਦੀ ਏ ਤਾਂ ਲਿਖਿਆ ਸਾਡੇ ਉੱਤੇ ਮਰਦੀ ਏ ਤਾਂ ਲਿਖਿਆ ਗੋਰੀ ਦੀਆਂ ਗੋਰੀਆਂ ਬਾਹਾਂ 'ਚ ਕੰਗਣਾ ਕੰਗਣੇ ਤੇ ਮਿੱਤਰਾਂ ਦਾ ਨਾਂ ਲਿਖਿਆ ਉਹ ਗੋਰੀ ਦੀਆਂ ਗੋਰੀਆਂ ਬਾਹਾਂ 'ਚ ਕੰਗਣਾ ਕੰਗਣੇ ਤੇ ਮਿੱਤਰਾਂ ਦਾ ਨਾਂ ਲਿਖਿਆ ਬਹੁਤ ਵਧੀਆ ਅੱਛਾ ਰੇਸ਼ਮ ਭਾਈ ਕਦੀ ਐਵੀ ਹੋਇਆ ਕਿ ਤੁਸੀਂ ਯਾਰ ਵੇਲੀ ਬੈਠੇ ਤੁਹਾਨੂੰ ਕੋਈ ਲਾਈਨ ਕਿਸੇ ਦੀ ਕਹੀ ਹੋਈ ਚੰਗੀ ਲੱਗੀ ਕੋਈ ਸ਼ਬਦ ਚੰਗਾ ਲੱਗਿਆ ਫਿਰ ਰੇਸ਼ਮ ਨੇ ਵਿਚੋ ਟੋਕ ਕੇ ਕਿਹਾ ਹੋਵੇ ਯਾਰ ਇਹਦੇ ਉੱਤੇ ਗਾਣਾ ਬਣਾ ਬਾਈ ਇਹ ਵਰਡ ਦੇ ਉੱਤੇ ਹਾਂਜੀ ਹੁਣੇ ਪਿੱਛੇ ਜੀ ਮੇਰਾ ਇੱਕ ਗਾਣਾ ਆਇਆ ਸੀਗਾ ਗ੍ਰਹਿਆਂ ਦੇ ਉੱਤੇ ਰਾਹੁ ਕੇ ਤੂ ਹਾਂ 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 ਸਾਡੇ ਕਈ ਮਿੱਤਰ ਹੈ ਜਿਹੜੇ ਹਰ ਇੱਕ ਕਿਸੇ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਹੈਨਾ ਹਾਂ ਮੇਰਾ ਦੋਸਤ ਹੈ ਇੱਕ ਉਹ ਬੜਾ ਮੰਨਦਾ ਹੈ ਨਾ ਚੀਜ਼ਾਂ ਨੂੰ ਅੱਛਾ ਮੈਂ ਕਹਿੰਦਾ ਯਾਰ ਕਿਦਾਂ ਚੱਲਦਾ ਤੇਰਾ ਪਿਆਰ ਫਿਰ ਫਰਜ਼ਾਈ ਨਾਲ ਚਲੀ ਸਿਰੇ ਗੱਲ ਨਹੀਂ ਕਹਿੰਦਾ ਨਹੀਂ ਯਾਰ ਉਸ ਵਾਲਾ ਕਹਿੰਦੀ ਪੰਡਤਾਂ ਨੂੰ ਹੱਥ ਉੱਤੇ ਜੇ ਵਿਖਾਈ ਜਾਂਦੀ ਹੈ ਹਾਂ ਕਹਿੰਦੀ ਹੈ ਕੋਈ ਰਾਹੁ ਰੂਹ ਕੇ ਤੂੰ ਕਹਿੰਦਾ ਗਰੇ ਤੰਗ ਕਰਦੇ ਅੱਛਾ ਉਹ ਗੱਲ ਮੈਂ ਸਾਂਝੀ ਕੀਤੀ ਕਦੋਂ ਨਵਦੀਪ ਵੀਰ ਸਾਡਾ ਕਦੋਂ ਪਿੰਡ ਤੋਂ ਜਿਹਨੇ ਚੇਤੇ ਕਰਦਾ ਗਾਣਾ ਲਿਖਿਆ ਅੱਛਾ ਤੋਂ ਨੇ ਘਣਾ ਬਣਾ ਕੇ ਭੇਜਦਾ ਅੱਛਾ ਮੈਂ ਸੁਣਾਇਆ ਦੇਸ਼ੀਕਰੂ ਆਪਣੇ ਸਾਡੇ 뮤ਜ਼ਿਕ ਡਾਇਰੈਕਟਰ ਸੁਪਾਲਨ ਗੋਲਡੇ ਵੀਰਾ ਉਹਨਾਂ ਨੂੰ ਬਹੁਤ ਪਸੰਦ ਆਇਆ ਔਰ ਮੇਰੇ ਬ੍ਰਦਰ ਆਈਕ इंग्लंड ਚ ਸਰਵਨ ਸਿੰਘ ਔਰ ਇੱਕ ਬ੍ਰਦਰ ਵੱਡਾ ਡਾਕਟਰ ਨਿਰਮਲ ਸਿੰਘ ਜਿਹੜੇ ਇੱਧਰ ਕੰਮ ਕਰਦੇ ਦੇਖਦੀ ਅੱਛਾ ਮੈਂ ਉਹਨਾਂ ਨੂੰ ਭੇਜਿਆ ਕਹਿੰਦਾ ਯਾਰ ਗੱਲਬਾਤ ਡਿਫਰੈਂਟ ਆ ਜਮਾ ਇਹ ਬੰਦਾ ਗ੍ਰਹਿਆਂ ਦੇ ਪਿੱਛੇ ਹੀ ਪੈ ਗਿਆ ਹਨਾ ਅੰਡਲ ਨੂੰ ਕਹਿੰਦਾ ਲੈ ਜੱਟ ਨਾਲ ਕਿਹੜੇ ਗ੍ਰਹੇ ਨੇ ਮੈਂ ਦੇਖਦਾ ਉਹਨਾਂ ਨੂੰ ਹਾਂ ਤਾਂ ਉਹ ਮੈਂ ਸੁਣਾਇਆ ਪਰਮੇਸ਼ਰ ਵਰਮਾ ਵੀਰ ਨੂੰ ਉਹ ਕਹਿੰਦਾ ਯਾਰ ਵੀਡੀਓ ਮੈਂ ਬਣਾਵਾ ਤੁਸੀਂ ਗਾਣਾ ਰੈਡੀ ਕਰੋ ਅੱਛਾ ਕਹਿੰਦਾ ਕਨਸੈਪਟ ਬਿਲਕੁਲ ਵਧੀਆ ਹੈ ਉਹ ਗਾਣਾ ਮੈਂ ਨਜ਼ਰ ਕਰਦਾ ਤੁਹਾਡੀ ਕੀ ਸੀਗਾ ਹੋ ਤਿੰਨ ਸਾਲ ਹੋ ਗਏ ਉਹਨੇ ਹਾਂ ਨਾ ਕਰੀ ਜਿੰਨੀ ਵਾਰੀ ਪੁੱਛਾ ਜਾਂਦੀ ਨਾ ਨਾ ਕਰੀ ਕਿਹੜੇ ਰਾਹੂ ਕੇ ਤੂੰ ਬਹਿਗੇ ਜੜਾਂ ਚ ਮੇਲ ਹੋਣ ਨਹੀਂ ਉਹ ਦੰਦੇ ਚੰਨ ਨਾ ਟਾਈਮ ਜੱਟ ਨਾਲ ਬੰਨਿਓ ਨਾ ਦਾ ਜਿਹੜੇ ਅੜਦੇ ਗਰੇ ਪੰਡਤਾ ਟਾਈਮ ਜੱਟ ਨਾਲ ਬੰਨਿਓ ਨਾ ਦਾ ਜਿਹੜੇ ਅੜਦੇ ਗਰੇ ਪੰਡਤਾ ਇਹਨਾਂ ਲਿਆ ਕੱਢ ਕੇ ਮੈਂ ਦੇਖਦਾ ਸਹੀ ਗੱਲ ਹੈ ਸਹੀ ਗੱਲ ਅੱਛਾ ਰਿਸ਼ਮ ਭਾਈ ਦੇਖੋ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਇੱਕ ਗਾਣਾ ਬਣਾਤਾ ਫਿਰ ਉਸ ਤੋਂ ਬਾਅਦ ਤੁਹਾਨੂੰ ਵੀ ਲੱਗਦਾ ਹੈ ਕਿ ਯਾਰ ਹੁਣ ਮੇਰਾ ਲੋਕਾਂ ਦੇ ਜ਼ਿਹਨ 'ਚ ਜਿਹੜਾ ਮੇਰਾ ਨਾਮ ਬਣਿਆ ਹੈ ਇਹ ਹੁਣ ਉੱਤੇ ਹੀ ਜਾਣਾ ਚਾਹੀਦਾ ਹੈ ਫਿਰ ਇਹ ਇੱਕ ਨਾ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਤੇ ਉਹ ऐसे टाइम ਦੇ ਵਿੱਚ ਜਿਹੜੀਆਂ ਤਾਰੀਫਾਂ ਮਿਲਦੀਆਂ ਉਹ ਹੌਸਲਾ ਵਧਾਉਂਦੀਆਂ ਬੰਦੇ ਦਾ ਹੈਨਾ ਤੇ ਜੇ ਮੈਂ ਹੁਣ ਤੱਕ ਦੀ ਲਾਈਫ ਦਾ ਵੈਸੇ ਤਾਂ ਥੋੜਾ ਐ ਕਹ ਲਈ ਕਿ ਸਫਰ ਹਜੇ ਵੀ ਸਟਾਰਟਿੰਗ ਜੀ ਹੈ ਪਰ ਜੇ ਮੈਂ ਇਹ ਕਹਾ ਕਿ ਹੁਣ ਤੱਕ ਸਭ ਤੋਂ ਬੈਸਟ ਕੰਪਲੀਮੈਂਟ ਜੇ ਰੇਸ਼ਮ ਨੂੰ ਮਿਲਿਆ ਤਾਂ ਉਹ ਕਿਹਦਾ ਕੰਪਲੀਮੈਂਟ ਰਿਹਾ ਕੀ ਕਿਹਾ ਸੀ ਕਦੋਂ ਕਿਹਾ ਸੀ ਤੇ ਕਿੱਥੇ ਗਿਆ ਸੀ ਵੈਸੇ ਤਾਂ ਬਹੁਤ ਮਿਲਦੇ ਆ ਪਰ ਕੁਝ ਯਾਦ ਰਹਿਣਗੇ ਤਾਂ ਉਮਰ ਮੈਨ ਮੈਨੂੰ ਜਿਹੜੇ ਕੰਪਲੀਮੈਂਟ ਮਿਲਦੇ ਆ ਮੇਰੀ ਲਾਈਵ ਗਾਇਕੀ ਲਈ ਮਿਲਦੇ ਆ ਜ਼ਿਆਦਾ ਜਦੋਂ ਕਿਤੇ ਆਪਾਂ ਪਰਫਾਰਮ ਕਰਦੇ ਆ ਲਾਈਵ ਆਪਣੇ ਬੈਣ ਦੇ ਨਾਲ ਜਦੋਂ ਮੈਂ ਉੱਥੇ ਖਾੜਾ ਲਾਨਾ ਹੁਣ ਮੇਰੇ ਫੇਸਬੁੱਕ ਪੇਜ ਤੇ ਵੀ ਮੈਂ ਅੱਜ ਕੱਲ ਲਾਈਵ ਕਰ ਦਿੰਨਾ ਜਦੋਂ ਲਾਈਵ ਹੁੰਦਾ ਹੈ ਉੱਥੇ ਲੱਖਾਂ ਚ ਵਿਊ ਨੇ ਹੁਣੇ ਸ਼ਾਇਦ ਪਹਿਲਾ ਲਾਈਵ ਹੋਏਗਾ ਕਿਸੇ ਵੀ ਆਰਟਿਸਟ ਦਾ ਮੇਰੇ ਸਿਰਫ ਲਾਈਵ ਦੇ 10 ਲੱਖ ਵਿਊ ਹੋਣ ਵਾਲੇ ਆ ਫੇਸਬੁੱਕ ਪੇਜ ਤੇ ਅੱਛਾ ਜਦੋਂ ਲੋਕ ਕੀ ਕਹਿੰਦੇ ਯਾਰ ਤੂੰ ਸੀਡੀ ਤੋਂ ਵਧੀਆ ਤੇਰਾ ਸਾਨੂੰ ਲਾਈਵ ਲੱਗਦਾ ਤੇਰੇ ਗਾਣੇ ਇੰਨੇ ਵਧੀਆ ਨਹੀਂ ਲੱਗਦੇ ਤੇਰਾ ਲਾਈਵ ਸਾਨੂੰ ਜ਼ਿਆਦਾ ਵਧੀਆ ਲੱਗਦਾ ਜਦੋਂ ਸਾਨੂੰ ਪਬਲਿਕ ਇਹ ਆ ਕੇ ਕਹਿੰਦੀ ਹੈ ਤਾਂ ਉਦੋਂ ਰੂਹ ਨੂੰ ਬੜੀ ਤਸੱਲੀ ਮਿਲਦੀ ਹੈ ਕਿ ਸਾਡੀ ਮਿਹਨਤ ਸਫਲ ਹੋ ਰਹੀ ਹੈ ਕਿਉਂਕਿ ਮੈਂ ਰਿਆਜ਼ ਬ ਔਰ ਸਟੈਮਨੇ ਲਈ डेली 3 ਘੰਟੇ ਐਕਸਰਸਾਈਜ਼ ਕਰੀ ਦਿਆ ਜਿਮ ਦੇ ਵਿੱਚ ਹਾਂ ਤਾਂ ਕਿ ਸਟੈਮਨਾ ਮੇਨਟੇਨ ਰਹੇ ਕਿਉਂਕਿ ਯਾਦਾ ਤੁਸੀਂ ਨਸ਼ੇ ਦੀ ਹੈਲਪ ਲੋ ਜਾਂ ਫਿਰ ਆਪਣੇ ਆਪ ਨੂੰ ਮੇਨਟੇਨ ਰੱਖੋ ਹਾਂ 2 ਘੰਟੇ ਗੱਲ ਦਾ ਰਿਆਜ਼ ਹੈ ਤੇ 2-3 ਘੰਟੇ ਆਪਣੀ ਫਿਟਨੈਸ ਦਾ ਰਿਆਜ਼ ਹੈ ਉਹ ਮਾਨਕ ਸਾਹਿਬ ਦੀਆਂ ਗੱਲਾਂ ਉਹ ਉਹਨਾਂ ਨੂੰ ਕੋਸ਼ਿਸ਼ ਕਰੀ ਦਿਆਂ ਫਾਲੋ ਕਰਨ ਦੀ ਹਾਂ ਔਰ ਸਪੈਸ਼ਲੀ ਗੁਰਦਾਸ ਮਾਨ ਜਾਂ ਮਨਮੋਨ ਵਾਰਿਸ ਜਿਹੜੇ ਵਧੀਆ ਲਾਈਵ ਸਿੰਗਰ ਨੇ ਉਹਨਾਂ ਨੂੰ ਸੁਣਦੇ ਆਂ ਕੋਸ਼ਿਸ਼ ਕਰਦੇ ਆ ਫਾਲੋ ਕਰਨ ਦੀ ਲੋਕੀ ਲਾਈਵ ਨੂੰ ਐਪਰੀਸ਼ੀਏਟ ਕਰਦੇ ਆ ਉਹ ਬੜਾ ਵਧੀਆ ਲੱਗਦਾ ਸਹੀ ਗੱਲ ਹੈ ਸਹੀ ਗੱਲ ਹੈ ਤੇ ਰਸ਼ਮ ਭਾਈ ਦੇਖੋ ਜਿਵੇਂ ਇਹ ਤੁਹਾਡਾ ਸਰੂਰ Song ਹੈ ਵੈਸੇ ਤਾਂ ਇਸ ਵਕਤ ਦੇ ਵਿੱਚ ਹਰ ਕੋਈ ਬੰਦਾ ਹਰ ਸਿੰਗਰ ਸੋਲੋ Song ਹੀ ਕੱਢਦਾ ਹੈ ਪਰ ਕਿਵੇਂ ਆਈ ਰੇਸ਼ਮ ਦੇ ਦੋਵਾਂ ਵਿੱਚ ਮੈਂ ਤਾਂ ਐਲਬਮ ਹੀ ਕੱਟਣੀ ਹੈ ਐਲਬਮ ਪਿਛਲੇ ਦੋ ਤਿੰਨ ਟਰੈਕ ਜਿੱਦਾਂ ਭਾਬੀ ਐਂਡ ਰਾਹੁਕੇਤੂ ਚੇਤੇ ਕੱਢਦਾ ਤਿੰਨੇ ਸਿੰਗਲ ਟਰੈਕ ਸੀ ਸਿੰਗਲ ਟਰੈਕਸ ਵੱਲੋਂ ਹਾਂ ਔਰ ਮੈਂ ਸੋਚਦਾ ਹਾਲਾਂਕਿ ਘਾਟੇ ਦਾ ਸੋਦਾ ਐਲਬਮ ਕਰਨੀ ਕਿਉਂਕਿ ਫਾਈਨੈਂਸ਼ਲੀ ਕੋਈ ਜ਼ਿਆਦਾ ਕਿਉਂਕਿ ਡਾਊਨਲੋਡਿੰਗ ਜਿਆਦਾਤਰ ਫ੍ਰੀ ਚਾਰਜ ਕਰ ਹਾਂ ਹਾਂ ਔਰ ਪੈਸਾ ਬਹੁਤ ਲੱਗਦਾ ਹੈ ਇੱਕ ਅੱਛੀ ਐਲਬਮ ਤੁਸੀਂ ਕਰੋ ਜੇ ਪੰਜ ਛੇ ਤੁਸੀਂ ਪੰਜ ਚਾਰ ਪੰਜ ਵੀਡੀਓ ਬਣਾਉਣੇ ਆਰ ਪ੍ਰੋਮੋਸ਼ਨ ਲਾ ਕੇ ਕਰੋੜ ਤੋਂ ਉੱਪਰ ਪਿਆ ਲੱਗਦਾ ਜੇ ਅੱਛੇ ਲੈਵਲ ਦਾ ਕੰਮ ਤੁਸੀਂ ਕਰਨਾ ਹਾਂ ਪਰ ਪਿਛਲੇ 3-4 ਟਰੈਕ ਮੇਰੇ ਵਧੀਆ ਰਹੇ ਸਪੀਡ ਕੰਪਨੀ ਵਧੀਆ ਸਪੋਰਟ ਕਰ ਰਹੀ ਹੈ ਸੋਨੂ ਭਾਜੀ ਸਪੀਡ ਤੋਂ ਔਰ ਰਮਨ ਮੀਰਾ ਉਹਨਾਂ ਦੀ ਵਧੀਆ ਫਾਈਨੈਂਸ਼ਲੀ ਸਪੋਰਟ ਵੀ ਆ ਔਰ ਸੈਕਟਰਲੀ ਮੇਰੇ ਬ੍ਰਦਰ ਹੈ ਇੰਗਲੈਂਡ ਦੇ ਵਿੱਚ ਸਰਵਣ ਸਿੰਘ ਔਰ ਵੱਡੇ ਬ੍ਰਦਰ ਡਾਕਟਰ ਨਿਰਮਲ ਸਿੰਘ ਸਾਡੀ ਟੀਮ ਹੈ ਆਪਾਂ ਨੇ ਡਿਸਾਈਡ ਕੀਤਾ ਕਿ ਆਪਾਂ ਇਹਦੇ ਨਾਲ ਬ੍ਰਾਂਡ ਵੈਲਿਊ ਜ਼ਿਆਦਾ ਵਧਦੀ ਹੈ ਕਿਉਂਕਿ ਸਿੰਗਲ ਹਰ ਕੋਈ ਆਰਟਿਸਟ ਕਰ ਰਿਹਾ ਜੇ ਆਪਾਂ ਐਲਬਮ ਕਰਦੇ ਆ ਉਹਦੇ ਨਾਲ ਇੱਕ ਬ੍ਰਾਂਡਿੰਗ ਹੁੰਦੀ ਹੈ ਵਧੀਆ ਲੋਕਾਂ ਨੂੰ ਡਿਫਰੈਂਟ ਟੇਸਟ ਦੇ ਗਾਣੇ ਸੁਣਨ ਨੂੰ ਮਿਲेंगे ਉਹਦੇ 'ਚ ਥੋੜੀ ਆਪਾਂ ਵੈਰਾਈਟੀ ਦੇ ਸਕਦੇ ਹਾਂ ਸਿੰਗਲ ਟਰੈਕ 'ਚ ਤੁਸੀਂ ਲਿਮਟਿਡ ਹੋਨੇ ਹੋ ਤੁਸੀਂ ਜੋ ਕੁਝ ਹੈਗਾ ਇੱਕੋ ਗਾਣੇ 'ਚ ਦਿਖਾਣਾ ਹੁੰਦਾ ਹੁਣ ਸਾਡੇ ਕੋਲ 8 ਟਰੈਕ ਨੇ ਐਲਬਮ ਦਾ ਨਾਮ ਹੈਗਾ ਅਰਬਨ ਦੇਸੀ ਔਰ ਪਹਿਲਾ ਗਾਣਾ ਸਰੂਰ ਜਿੱਦਾਂ ਵੀਡੀਓ ਰੋਬੀ ਭਾਜੀ ਨੇ ਬਣਾਇਆ ਸੀਗਾ ਸਾਡੀ ਇੱਛਾ ਸੀ ਕਿ ਹੈ ਨਾ ਕੁਝ ਡਿਫਰੈਂਟ ਕਰੀਏ ਜਿੱਦਾਂ ਤੁਸੀਂ ਕਹ ਰਹੇ ਸੀ ਜ਼ਿੰਮੇਵਾਰੀ ਹਾਂ ਆਪਾਂ ਨੇ ਸੋਚਿਆ ਕਿਉਂ ਨਾ ਕਿ ਮਸਤੀ ਦੇ ਮੂਡ 'ਚ ਹੈ ਮੁੰਡਾ ਹੈ ਨਾ ਉਹ ਕਹਿੰਦਾ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਜ਼ਿੰਦਗੀ ਦੇ ਨਜ਼ਾਰੇ ਲੈ ਰਿਹਾ ਦੁਨੀਆ ਭਾੜ ਚ ਜਾਏ ਜਾਣ ਦੋ ਹੈ ਨਾ ਵੀ ਖੁਸ਼ ਆਪਾਂ ਹੈ ਨਾ ਹਾਂ ਹਾਂ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਸੀ ਕਾਟੋ ਫੁੱਲਾਂ ਤੇ ਆ ਇਹ ਡੱਬੀ ਭਰੀ ਹੋਈ ਹੈ ਕਹਾਵਤ ਵੀ ਆ ਪੰਜਾਬੀ ਤਾਂ ਇਦਾਂ ਦਾ ਗਾਣਾ ਪਲਾਨ ਕੀਤਾ ਤਾਂ ਆਪਾਂ ਨੇ ਸੋਚਿਆ ਕਿਉਂ ਨਾ ਇੱਕ ਪ੍ਰਾਈਵੇਟ ਜੈੱਟ ਆਪਾਂ ਹਾਇਰ ਕਰਕੇ ਉਹ ਦਿਖਾਈਏ ਵੀ ਉਹਦੇ 'ਚ ਆ ਏਅਰ ਹੋਸਟੈਸ ਜਿਹੜੀਆਂ ਇੰਟਰਨੈਸ਼ਨਲ ਗੋਰੀਆਂ ਹਾਂ ਉਹ दारू ਦੀ ਥਾਂ ਤੇ ਦੇਸੀ ਕੱਪਾਂ 'ਚ ਚਾਹ ਸਰਵ ਕਰ ਰਹੀਆਂ ਨੇ ਅੱਛਾ ਮੈਂ ਕਿਹਾ ਇੱਕ ਦੇਸੀ ਚੀਜ਼ ਨੂੰ ਇੰਟਰਨੈਸ਼ਨਲ ਲੈਵਲ ਤੇ ਦਿਖਾਈਏ ਅੱਛਾ ਇਹ ਪਹਿਲੀ ਵਾਰੀ ਹੋਇਆ ਇੰਡਸਟਰੀਜ਼ ਕੇ ਜੱਟ ਦੇ ਵਿੱਚ ਏਅਰ ਹੋਸਟੈਸ ਆ ਰਹੀ ਹੈ ਉਹ दारू ਨਹੀਂ ਸਰਵ ਕਰ ਰਹੀ ਜਿਹੜਾ ਡਰਿੰਕ ਹੁੰਦੇ ਆ ਯਾਰ ਕੋਲ ਉਹ ਆ ਕੇ ਚਾਹ ਦੇ ਰਹੀ ਹੈ ਉਹ ਵੀ ਛੋਟੇ ਛੋਟੇ ਕੱਚ ਦੇ ਗਲਾਸਾਂ 'ਚ ਤੇ ਰਫਤਾਰ ਭੱਜ ਨੇ ਨਾਲ ਫੀਚਰ ਕੀਤਾ ਉਹਨਾਂ ਨੂੰ ਮੈਂ ਗਾਣੇ ਸੁਣਾਏ ਸੀ ਟੇਪ ਦੇ ਉਹ ਕਹਿੰਦਾ ਮੈਂ ਇਸ ਗਾਣੇ 'ਚ ਕਰਨਾ ਹੀ ਕਰਨਾ ਮੇਰਾ ਫੇਵਰਟ ਟਰੈਕ ਹੈ ਹਾਂ ਤਾਂ ਉਹਨਾਂ ਨੇ ਫਿਰ ਚਾਹ ਵਿੱਚ ਮਿੱਠਾ ਵਤੀ ਕਹਿੰਦੇ ਮੁੰਡਾ ਤੇਜ ਰੱਖਦਾ ਦਾਰੂ ਛੋਡੇ ਦਾ ਕਰ ਫਰੇਜ ਰੱਖਦਾ ਹਾਂ ਤਾਂ ਉਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹਨੂੰ ਅੱਜ ਕੱਲ ਬਹੁਤ ਐਪਰੀਸ਼ੀਏਸ਼ਨ ਮਿਲ ਰਹੀ ਹੈ ਔਰ ਨੰਬਰ 1 ਤੇ ਚੱਲ ਰਿਹਾ ਪਾਰਟੀ Song DJ Song ਵੇਅਰਨੈਸ ਤੇ ਤੇ ਰਫਤਾਰ ਭਾਈ ਨਾਲ ਮੁਲਾਕਾਤ ਇਸ ਮਤਲਬ ਰਫਤਾਰ ਭਾਈ ਤੁਹਾਡੇ ਨਾਲ ਇਸੇ ਗਾਣੇ 'ਚ ਪਹਿਲੀ ਵਾਰ ਕਰੇ ਹਾਂਜੀ ਹਾਂਜੀ ਹੈਨਾ ਤੇ ਉਹਨਾਂ ਨਾਲ ਮੁਲਾਕਾਤ ਦਾ ਕਿਵੇਂ ਸਵਾਬ ਬਣਿਆ ਕਿ ਰਫਤਾਰ ਭਾਜੀ ਨਾਲ ਤੁਹਾਡਾ ਕਿਵੇਂ ਐਕਚੁਅਲੀ ਇੱਕ ਤਾਂ ਉਹ ਇਨਸਾਨ ਬਹੁਤ ਵਧੀਆ ਹੈ ਹਾਂ ਮੇਰੀ ਟਿਊਨਿੰਗ ਉਸ ਬੰਦੇ ਨਾਲ ਬਹੁਤ ਬਣਦੀ ਹੈ ਜਿਹੜਾ ਅੱਛਾ ਇਨਸਾਨ ਹੈ ਆਰਟਿਸਟ ਮੈਂ ਬਾਤ ਚ ਦੇਖਦਾ ਜਿਹਦੇ ਪੱਲੇ ਅੱਛੇ ਗੁਣ ਹੋਣ ਉਹਦੇ ਨਾਲ ਕੰਮ ਕਰਨ ਦਾ ਸਵਾਦ ਬਹੁਤ ਆਉਂਦਾ ਹਾਂ ਇੱਕ ਉਹ ਹਾਰਡ ਵਰਕਿੰਗ ਹੈ ਹੀ ਇਜ਼ ਬੇਸਿਕਲੀ ਫਰੋਮ ਕੇਰਲਾ ਹਾਂ ਕੇਰਲਾ ਦਾ ਬੰਦਾ ਅੱਛਾ ਕੇਰਲਾ ਦਾ ਮੈਂ ਤਾਂ ਹਰਿਆਣਾ ਦੇ ਸਮਝਦਾ ਰਿਹਾ ਨੋ 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 ਅੱਛਾ ਕੇਰਲਾ ਦਾ ਬੰਦਾ ਪੰਜਾਬੀ ਚ ਰੈਪ ਕਰ ਰਿਹਾ ਇਹ ਉਹਦੀ ਬੰਦੇ ਦੀ ਗ੍ਰੇਟਨੈਸ ਹੈ ਹਾਂ ਉਹਦੀ ਗ੍ਰੇਟਨੈਸ ਹੈ ਪਿੱਛੇ ਜੈਨੇਜੋਲਜੀ ਦਾ ਗਾਣਾ ਆਇਆ ਸੀ ਉਹਦੇ ਵਿੱਚ ਵੀ ਬਹੁਤ ਵਧੀਆ ਬੱਟੀ ਵੈਸ ਭਾਜੀ ਨੇ ਕੀਤਾ ਸੀ ਗਾਣਾ ਪ੍ਰੈਜ਼ੈਂਟ ਕੀਤਾ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਅੱਛਾ ਫੀਚਰ ਕੀਤਾ ਸੀਗਾ 2 ਸਾਲ ਪਹਿਲਾਂ ਹੀ ਮੇਰੀ ਭਾਜੀ ਨਾਲ ਮੁਲਾਕਾਤ ਹੋਈ ਸੀਗੀ ਗਾਣਾ ਪਲਾਨ ਕਰ ਰਹੇ ਸੀ ਆਪਾਂ ਉਹਨਾਂ ਦਾ ਦਿਲ ਸੀਗਾ ਕਿ ਨਾ ਤੇਰੇ ਨਾਲ ਮੈਂ ਗਾਣਾ ਕਰਨਾ ਇੱਕ ਜ਼ਰੂਰ ਜਦੋਂ ਵੀ ਚੰਡੀਗੜ੍ਹ ਆਣਾ ਮੈਨੂੰ ਮਿਲ ਕੇ ਜਾਣਾ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਗਾਣੇ ਸੁਣਾਏ ਐਲਬਮ ਦੇ ਮੈਂ ਕਿਹਾ ਕੁਝ ਗਾਣਾ ਮੇਰੀ ਟੇਪ ਸੁਣ ਲਓ ਅਰਬਨ ਦੇਸੀ ਉਹ ਗਾਣਾ ਚੱਲਿਆ ਜ਼ਰੂਰ ਕਹਿੰਦਾ ਮੇਰੀ ਤਾਂ ਗਰਾਰ ਹੀ ੜ ਗਈ ਇੱਥੇ ਅੱਛਾ ਕਹਿੰਦਾ ਇਹ ਗਾਣਾ ਮੈਨੂੰ ਦੇ ਕਹਿੰਦਾ ਉਹ ਗਾਣਾ ਆਪਾਂ ਇੱਕ ਹੋਰ ਕਰ ਲੈਨੇ ਆ ਪਰ ਇਸ ਐਲਬਮ ਦੇ ਇਸ ਗਾਣੇ ਚ ਮੈਂ ਫੀਚਰ ਕਰਨਾ ਮੈਂ ਕਿਹਾ ਠੀਕ ਹੈ ਜੀ ਅ ਪਰਸੋਂ ਉਹਨਾਂ ਬਿਆ ਉਹਨਾਂ ਦਾ ਪਰਸੋਂ ਜੋਤੇ ਨੂੰ ਇੱਕ ਤਰੀਕ ਨੂੰ ਅੱਛਾ ਔਰ ਜਾਣਾ ਉੱਥੇ ਭੰਗੜੇ ਪਾਣ ਹੁਣ ਅਰੇ ਸੌਰੀ ਰਫਤਾਰ ਵੀਰੇ ਜੇ ਸੁਣ ਰਹੇ ਹੋ ਤਾਂ ਡਿਸਕਲੋਜ਼ ਕਰਤਾ ਗੁੱਸਾ ਨ ਕਰਿਓ ਸਹੀ ਹੈ ਸਹੀ ਹੈ ਸਹੀ ਹੈ ਫਾਂਜੀ ਕਹਿੰਦੇ ਮੇਰੇ ਵਿਆਹ ਤੋਂ ਪਹਿਲਾਂ ਇਹ ਗਾਣਾ ਰਿਲੀਜ਼ ਕਰਨਾ ਹੈ ਅੱਛਾ ਤਾਂ ਫਟਾਫਟ ਉਹਨਾਂ ਨੇ ਗਾਣੇ ਵਿੱਚੋਂ ਲੈ ਗਏ ਸੁਖਦੇਵ ਟਾਬੇ ਤੱਕ ਪਹੁੰਚੇ ਨਹੀਂ ਸੀਗੇ ਦਿੱਲੀ ਰਸਤੇ ਜਾਂਦਾ ਹੁੰਦਾ ਉਦੋਂ ਤੱਕ ਉਹਨਾਂ ਨੇ ਰੈਪ ਲਿਖਤਾ ਸੀਗਾ ਮੈਨੂੰ ਫੋਨ ਆ ਗਿਆ ਭਾਈ ਦੀ ਕਲਮ 'ਚ ਵੀ ਬੜੀ ਹੈ ਨਾ ਤਾਕਤ ਹੈ ਭਾਈ ਦਿੱਲੀ ਜਾਂਦੇ ਜਾਂਦੇ ਉਹਨਾਂ ਨੇ ਕਹਿੰਦੇ ਜੀ ਰੈਪ ਰੈਡੀ ਹੈ ਜਦੋਂ ਮਰਜੀ ਤੁਸੀਂ ਫਿਲਮਾ ਦੇ ਇਹਨੂੰ ਕੀ ਬਾਤ ਹੈ ਹਾਂਜੀ ਤਾਂ ਇਦਾਂ ਉਹ ਗਾਣਾ ਪਲਾਨ ਹੋਇਆ ਰੋਬੀ ਭਾਜੀ ਨੇ ਬਹੁਤ ਅੱਛਾ ਵੀਡੀਓ ਬਣਾਇਆ ਉਹਦਾ ਚਲ ਮੈਂ ਇੱਕ ਗੱਲ ਹੋਰ ਸੋਚਦਾ ਸੀਗਾ ਜਿਵੇਂ ਰੇਸ਼ਮ ਬਾਈ ਇਹ ਤਾਂ ਚਲੋ ਠੀਕ ਹੈ ਕਿ ਤੁਹਾਡੀ ਐਲਬਮ ਹੈ ਇਹ 'ਚ ਕਈ ਗਾਣੇ ਹਨ ਪਰ ਤੁਸੀਂ ਕੀ ਸਮਝਦੇ ਹੋ ਇੰਨਾ ਤੁਹਾਡਾ ਐਕਸਪੀਰੀਅੰਸ ਹੋ ਗਿਆ ਕੀ ਸਮਝਦੇ ਹੋ ਕਿ ਇੱਕ ਆਰਟਿਸਟ ਨੂੰ ਐਨੇ ਟਾਈਮ ਬਾਅਦ ਗਾਣਾ ਕੱਢ ਦੇਣਾ ਚਾਹੀਦਾ ਹੈ ਮਾਰਕੀਟ 'ਚ ਬਣੇ ਰਹਿਣ ਲਈ ਮੈਂ ਹਾਂ ਜੀ 5-6 ਸਾਲਾਂ ਤੋਂ ਮੈਂ ਹੈਗਾ ਮਾਰਕੀਟ ਦੇ ਵਿੱਚ ਹੈਗਾ ਪਿਛਲੇ 2 ਸਾਲਾਂ ਤੋਂ ਜਿਸ ਦਿਨ ਦਾ ਹੁਣ ਸੋਸ਼ਲ ਮੀਡੀਆ ਤੇ ਨੈਟ ਜਿਆਦਾ ਵਧੀਆ ਹੋਇਆ ਡਿਜੀਟਲਾਈਜੇਸ਼ਨ ਜਿੱਦਾਂ ਕਹਿ ਸਕਦੇ ਆਪਾਂ ਹੋਈ ਆ ਠੀਕ ਹੈ ਅੱਜ ਕੱਲ ਬੰਦਾ 24 ਘੰਟੇ ਸੋਸ਼ਲ ਮੀਡੀਆ ਤੇ ਬੈਠਾ ਹੈ ਯੂਥ ਸਾਰਾ ਹੀ ਤਾਂ ਭੀੜ ਬਹੁਤ ਜ਼ਿਆਦਾ ਹੋ ਗਈ ਹੈ ਮੈਂ ਪੀੜ ਵੀ ਨਹੀਂ ਕਹਾਵਾਂਗਾ ਕਿਉਂਕਿ ਪਾਪੂਲੇਸ਼ਨ ਜਿੰਨੀ ਜ਼ਿਆਦਾ ਵੱਧ ਗਈ ਉਹਨੇ ਆਰਟਿਸਟ ਵੱਧ ਗਿਆ ਰੇਸ਼ੋ ਤਾਂ ਹੁਣ ਵੀ ਸੇਮ ਹੀ ਆ ਹਾਂ ਪਰ ਜੇ ਆਪਾਂ ਵਧੀਆ ਆਰਟਿਸਟਾਂ ਦੀ ਗੱਲ ਕਰੀਏ ਹੁਣ ਵੀ ਉਂਗਲਾਂ ਦੇ ਗਿਣ ਸਕਦੇ ਆਪਾਂ ਨਵੀਂ ਪੀੜੀ ਦੀ ਜੇ ਗੱਲ ਕਰੀਏ 10 ਕ ਆਰਟਿਸਟ ਨਿਕਲਣਗੇ ਠੀਕ ਹੈ ਉਹਨਾਂ ਚੋਂ ਵੀ ਜੇ ਆਪਾਂ ਲਾਈਵ ਗਾਇਕੀ ਦੀ ਗੱਲ ਕਰਾਂਗੇ ਦੋ ਚਾਰ ਹੀ ਰਹਿ ਜਾਂਦੇ ਆ ਪਿੱਛੇ ਠੀਕ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਅ ਡੇਲੀ ਐਲਬਮਜ਼ ਅ ਰੀਲੀਜ਼ ਹੋ ਰਹੀਆਂ ਨੇ ਗਾਣੇ ਰੀਲੀਜ਼ ਹੋ ਰਹੇ ਨੇ ਪਰ ਨਾ ਕਿੰਨੇ ਦੇ ਚੇਤੇ ਨੇ ਸਾਨੂੰ ਹਾਂ ਔਰ ਗਾਣਾ ਹਿੱਟ ਹੋਣਾ ਕੋਈ ਵੱਡੀ ਗੱਲ ਨਹੀਂ ਆਪਣੇ ਆ ਹਾਂਜੀ ਇਹ ਚੈਲੰਜ ਹੈ ਹੈਨਾ ਕਿ ਵੀ ਉਹ ਮਤਲਬ ਗਾਣੇ ਹਿੱਟ ਕਰਤੇ ਉਹ ਤੋਂ ਬਾਅਦ ਉਹ ਹਿੱਟ ਕਰਤੇ ਫਿਰ ਉਹਦੇ ਟਿਕੇ ਰਹਿਣਾ ਇਜ਼ ਐਕਟਲੀ ਹੈਨਾ ਲਗਾਤਾਰ ਟਿਕੇ ਰਹਿਣਾ ਫਿਰ ਇਹਦਾ ਮਤਲਬ ਫਿਰ ਤੁਸੀਂ ਕੀ ਮੰਨਦੇ ਹੋ ਕਿ ਦੋ ਤਿੰਨ ਮਹੀਨੇ ਬਾਅਦ ਫਿਰ ਤਿਆਰੀ ਕਰਨੀ ਪੈਂਦੀ ਹੈ ਜੇ ਜਿੱਦਾਂ ਹੁਣ ਅੱਜਕੱਲ ਕਿਉਂਕਿ ਸਾਡਾ ਸਾਰਿਆਂ ਦਾ ਬਿਜ਼ਨਸ ਹੁੰਦਾ ਵੈਡਿੰਗ ਸੀਜ਼ਨ 80% ਬਿਜ਼ਨਸ ਸਾਡਾ ਵੈਡਿੰਗ ਤੋਂ ਆਉਂਦਾ ਤੇ ਹਰ ਇੱਕ ਆਰਟਿਸਟ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਿਆਹਾਂ ਚੀਜ਼ਾਂ ਤੋਂ ਪਹਿਲਾਂ ਸਤੰਬਰ ਅਕਤੂਬਰ ਨਵੰਬਰ ਚ ਹੈਨਾ ਇੱਕ ਦੋ ਗਾਣਾ ਆ ਜਾਏ ਜ਼ਰੂਰ ਜਿਹੜਾ ਅੱਜਕੱਲ ਹਿੱਟ ਆਰਟਿਸਟ ਹੈ ਔਨੂ ਘੱਟ ਤੋਂ ਘੱਟ ਤਿੰਨ ਗਾਣੇ ਚਾਹੀਦੇ ਚਾਹੀਦੇ ਆ ਸੀਜ਼ਨ ਚ ਹਾਂ ਕਿਉਂਕਿ ਅੱਜਕੱਲ ਗਾਣੇ ਦੀ ਏਜ ਰਹਿ ਗਈ ਮਹੀਨਾਂਕ 15 20 ਦਿਨ ਜੇ ਗਾਣਾ ਵਧੀਆ ਹੈ 2 3 ਮਹੀਨੇ ਬਸ ਹਾਂ ਕਿਉਂਕਿ ਆਪਸ਼ਨ ਬਹੁਤ ਨੇ ਹਾਂ ਅੱਗੇ ਰੀਲੀਜ਼ਿੰਗਸ ਬਹੁਤ ਨੇ ਗਾਣੇ ਰਿਲੀਜ਼ ਬਹੁਤ ਹੋ ਰਹੇ ਆ ਲੋਕਾਂ ਕੋਲ ਪੈਨ ਡਰਾਈਵ ਹੈ ਨਾ ਹਾਰਡ ਡਿਸਕਾ ਨੇ ਸੈਂਕੜੇ ਗਾਣਾ ਮਿੰਟਾਂ ਚ ਚੇਂਜ ਹੋ ਜਾਂਦਾ ਹੈ ਹਾਂਜੀ ਕਿਉਂਕਿ ਪਰਵਰਤਨ ਕੁਦਰਤ ਦਾ ਨਿਯਮ ਹੈ ਮੈਨੂੰ ਗਲਤ ਨਹੀਂ ਕਹਿੰਦਾ ਹੈ ਨਾ ਜੋ ਹੋ ਰਿਹਾ ਮਾਲਕ ਦੀ ਰਜਾ ਨਾਲ ਹੋ ਰਿਹਾ ਵਧੀਆ ਹੋ ਰਿਹਾ ਔਰ ਆਪਣੇ ਕਰਮ ਦਾ ਸਾਰੇ ਆਪਾਂ ਖਾ ਰਹੇ ਆ ਵਾਕਈ ਤੇ ਤੇਰੀ ਰਸ਼ਮ ਬਾਈ ਜਿਵੇਂ ਹੁਣ ਇੱਕ ਗਾਣਾ ਆ ਗਿਆ ਦੋ ਮਹੀਨੇ ਬਾਅਦ ਦੂਜਾ ਗਾਣਾ ਇਹਦਾ ਮਤਲਬ ਇਹ ਆ ਗਿਆ ਕਿ ਤੁਸੀਂ ਜਿਹੜਾ ਗਾਣਾ ਹੁਣ ਪਬਲਿਕ ਚ ਆ ਗਿਆ ਪਬਲਿਕ ਤਾਂ ਇੰਜੋਏ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਤੁਹਾਡਾ ਦਿਮਾਗ ਇਹ ਚੱਲ ਰਿਹਾ ਹੁਣ ਇਹ ਤੋਂ ਅੱਗੇ ਕੀ ਕਰਨਾ ਐਗਜ਼ੈਕਟਲੀ ਜਿੰਮੇਵਾਰੀ ਵੱਜ ਜਾਂਦੀ ਹੈ ਪਹਿਲਾ ਹੁੰਦਾ ਸੀਗਾ ਟੇਪ 'ਚ ਗਾਣੇ ਕੱਢ ਤੇ ਰਿਲੀਜ਼ ਕਰਦੇ ਜੇ ਪਬਲਿਕ ਨੂੰ ਪਸੰਦ ਆ ਗਏ ਦੈਟਸ ਇਟ ਹੁਣ ਗਾਣੇ ਤੱਕ ਗੱਲ ਨਹੀਂ ਹੈਗੀ ਤੁਸੀਂ ਮਿਊਜ਼ਿਕ 'ਚ ਕੀ ਦੇ ਰਹੇ ਹੋ ਹਾਂ ਤੁਸੀਂ ਲਿਰਿਕਸ 'ਚ ਕੀ ਚੇਂਜ ਦੇ ਰਹੇ ਹੋ ਤੁਸੀਂ ਵੀਡੀਓ 'ਚ ਕੀ ਦੇ ਰਹੇ ਹੋ ਤੁਸੀਂ ਆਪਣੇ ਡਰੈਸ ਸੈਂਸ ਕਿਦਾਂ ਦੀ ਹੈ ਤੁਹਾਡੀ ਤੁਸੀਂ ਡਰੈਸ ਅਪ ਕਿਦਾਂ ਦਾ ਰੱਖਦੇ ਹੋ ਪਰਫਾਰਮ ਕਿਦਾਂ ਦਾ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਉਹ ਹਨਾ ਹਾਂਜੀ ਐਗਜ਼ੈਕਟਲੀ ਐਸੇ ਕਰਕੇ ਜਿਹੜਾ ਆਪਣਾ ਹੁਣ ਨੈਕਸਟ ਟਰੈਕ ਆ ਰਿਹਾ ਹੈ ਹਾਂ ਉਸ ਟ੍ਰੈਕ 'ਚ ਆਪਾਂ ਨੇ ਕਿਉਂਕਿ ਮੈਂ ਇੱਕ ਜ਼ਿੰਮੇਵਾਰ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਸਾਡਾ ਖੇਤੀਬਾੜੀ ਦਾ ਕੰਮ ਹੈ 40 ਏਕੜ ਸਾਡੇ ਆਪਣੇ ਆ 85 ਰੈਂਟ ਤੇ ਆਪਾਂ ਰੱਖਦੇ ਆ ਪਿਛਲੇ 10-15 ਸਾਲਾਂ ਤੋਂ ਠੀਕ ਹੈ ਮੇਰੇ ਬ੍ਰਦਰ ਹੈ ਡਾਕਟਰ ਨਿਰਮਲ ਸਿੰਘ ਵੱਡੇ ਉਹਨਾਂ ਨੂੰ ਬਹੁਤ ਸ਼ੌਕ ਹੈ ਆਰਗੇਨਿਕ ਫਾਰਮਿੰਗ ਵੀ ਆਪਾਂ ਕਰਦੇ ਆ ਬਾਸਮਤੀ ਰਾਈਸ ਹੈ ਸਾਡਾ ਐਕਸਪੋਰਟ ਹੁੰਦਾ ਇੰਗਲੈਂਡ ਨੂੰ ਸਿੱਧਾ ਹੀ ਅੱਛਾ ਅ ਅੱਜ ਕੱਲ ਮੈਂ ਥੋੜਾ ਟੌਪਿਕ ਚੇਂਜ ਕਰ ਰਿਹਾ ਕਿਉਂਕਿ ਪੋਲਿਊਸ਼ਨ ਅੱਜ ਕੱਲ ਜਿੱਦਾਂ ਵੱਧ ਰਿਹਾ ਬਹੁਤ ਜ਼ਿਆਦਾ ਸਾਡੇ ਟਰਾਈ ਸਿਟੀ ਚ ਵੀ ਔਰ ਦਿੱਲੀ ਚ ਵੀ ਕਾਫੀ ਪ੍ਰੋਬਲਮ ਆਈ ਹੈ ਔਰ ਵਰਲਡ ਵਾਈਡ ਹੈਗੀ 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 97 ਤੋਂ ਲੈ ਕੇ ਆਪਾਂ ਨੇ ਆਪਣੇ ਖੇਤਾਂ ਚ ਕਦੇ ਅੱਗ ਨਹੀਂ ਲਾਈ ਅੱਜ ਕੱਲ ਜ਼ਿਮੀਦਾਰ ਭਰਾ ਸਾਡੇ ਬਹੁਤ ਅੱਗ ਲਾਉਂਦੇ ਆ ਪਰਾਲੀ ਸਾੜ ਦਿੰਦੇ ਆ ਉਹਦੇ ਨਾਲ ਪੋਲਿਊਸ਼ਨ ਬਹੁਤ ਵੱਧਦਾ ਹੈ ਔਰ ਖੇਤਾਂ ਦਾ ਵੀ ਨੁਕਸਾਨ ਇਹਨੂੰ ਲੈ ਕੇ ਤੁਸੀਂ ਬਣਾਇਆ ਕੁਝ ਗਾਣਾ ਹਾਂਜੀ ਮੈਂ ਦੱਸ ਰਿਹਾ ਮੈਂ ਪਿੱਛੇ ਜੀ ਲਾਈ ਵੀ ਹੋਇਆ ਸੀ ਫੇਸਬੁੱਕ ਪੇਜ ਤੇ ਇਸ ਬਾਰੇ ਮੈਂ ਦੱਸਿਆ ਸੀ ਕਿ ਸਾਡੇ ਖੇ ਆਪਾਂ ਨੇ ਕਣਕ ਦੀ ਬਜਾਈ ਹੁਣ ਕੀਤੀ ਹੈ ਉੱਥੇ ਮੈਂ ਉਹਨੂੰ ਦੱਸਿਆ ਸੀਗਾ ਵੀ ਦੇਖੋ ਅੱਗ ਨਹੀਂ ਲਾਈ ਬਿਲਕੁਲ ਵੀ ਜਿਹੜੀ ਪਰਾਲੀ ਆ ਜਾਂ ਕਬਾਲ ਆ ਆਪਾਂ ਨੇ ਪਿੱਛੇ ਹੀ ਗਲਤ ਆ ਉਹਨੂੰ ਕਣਕ ਦੀ ਬਜਾਈ ਤੋਂ ਬਾਅਦ ਹਾਂ ਜਿਹੜਾ ਗਾਣਾ ਖੇਤੀਬਾੜੀ ਤੋਂ ਰਿਲੇਟਡ ਹੈ ਜਿਹੜਾ ਨੈਕਸਟ ਹੈ ਗਾਣੇ ਦਾ ਕਨਸੈਪਟ ਕੀ ਹੈ ਮੁੰਡਾ ਕੁੜੀ ਨੂੰ ਪਿਆਰ ਕਰਦਾ ਹੈ ਅੱਛਾ ਕੁੜੀ ਦੀ ਜ਼ਮੀਨ ਹੈ ਕੁੜੀ ਦੇ ਪਿਓ ਤੋਂ ਮੁੰਡੇ ਦੇ ਪਿਓ ਨੇ ਠੇਕੇ ਤੇ ਲਈ ਹੋਈ ਆ ਉਸ ਪਿੰਡ ਚੋਂ ਜਾਂਦਾ ਜ਼ਮੀਨ ਚ ਘਾਟਾ ਪੈ ਰਿਹਾ ਪਰ ਕੁੜੀ ਦੇ ਪਿਆਰ ਦੇ ਚੱਕਰਾਂ ਚ ਜ਼ਮੀਨ ਠੇਕੇ ਤੇ ਲਈ ਹੋਈ ਆ ਉੱਥੇ ਜਾਂਦਾ ਖੇਤੀ ਕਰ ਅੱਛਾ 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 ਰੋਮਾਂਸ ਵੀ ਹੈ। ਔਰ ਹੁਣ ਘਾਟਾ ਪੈ ਰਿਹਾ ਡੈਡ ਗੁੱਸੇ ਆ ਯਾਰ ਵੀ ਛੱਡਦੀ ਆ ਆਪਣੀ ਜ਼ਮੀਨ ਹੈ ਨਾ। ਮੁੰਡਾ ਕਿੱਥੇ ਛੱਡੇ? ਅੱਛਾ। ਤਾਂ ਉਹ ਤਾਂ ਜਾਂਦਾ ਸਹੇਲੀ ਨੂੰ ਮਿਲਣ ਆਪਣੀ ਉੱਥੇ। ਹਾਂ। ਫਿਰ ਉਹ ਕੀ ਕਰਦਾ ਹੈ? ਡੈਡੀ ਕਹਿੰਦਾ ਵੀ ਮੈਨੂੰ ਤੁਸੀਂ ਦਿਓ 1 ਸਾਲ। ਇਸ ਸਾਲਾਂ ਮੈਂ ਰੱਜ ਕੇ ਮਿਹਨਤ ਕਰੂੰਗਾ। ਕਿ ਛੱਡੋ ਨਾ ਪਲੀਜ਼। ਡੈਡੀ ਕਹਿੰਦਾ ਠੀਕ ਹੈ ਜੀ ਤੂੰ ਕਰ ਮਿਹਨਤ। ਅੱਛਾ। ਫਿਰ ਉਹ ਮਿਹਨਤ ਕਰਦਾ, ਹਾਰਡਵਰਕ ਕਰਦਾ ਖੇਤਾਂ 'ਚ। ਪੋਜ਼ਿਟਿਵ ਰਿਜ਼ਲਟ ਮਿਲਦੇ ਨੇ, ਫਸਲ ਵਧੀਆ ਨਿਕਲਦੀ ਹੈ। ਹਾਂ। ਔਰ ਡੈਡ ਵੀ ਖੁਸ਼ ਹੈ। ਐਂਡ ਚ ਖੁਸ਼ ਹੋ ਕੇ ਡੈਡ ਤੇ ਉਹਦਾ ਕੁੜੀ ਦਾ ਡੈਡ ਫਿਰ ਆਪਸ ਚੋਂ ਕਹਿੰਦੇ ਆਪਾਂ ਵੀ ਪਤਾ ਹੁੰਦਾ ਉਹਨਾਂ ਨੂੰ ਵੀ ਚੱਕਰ ਕੀ ਆ ਪਤਾ ਲੱਗੇ ਜਾਂਦਾ ਅੱਛਾ ਅੱਛਾ ਉਹ ਫਿਰ ਰਿਸ਼ਤੇਦਾਰੀ ਚ ਬਦਲ ਲੈਂਦੇ ਆ ਪਿਆਰ ਸਿਰੇ ਚੜਦਾ ਇੱਕ ਪੋਜ਼ਿਟਿਵ ਮੈਸੇਜ ਵੀ ਹੈ ਤੇ ਨਾਲ ਦੀ ਨਾਲ ਖੇਤੀਬਾੜੀ ਕਰਨ ਦੇ ਜਿਹੜੇ ਤਰੀਕੇ ਅੱਜ ਕੱਲ ਲੇਟੈਸਟ ਹੈ ਕਿ ਅੱਜ ਕੱਲ ਦੇ ਮੁੰਡਿਆਂ ਨੂੰ ਟਰੈਕਟਰ ਕਿਦਾਂ ਡੈਕੋਰੇਟ ਕਰਦੇ ਆ ਲੇਟੈਸਟ ਟਰੈਕਟਰ ਤੇ LED ਸਕਰੀਨ ਲਾਈ ਹੋਈ ਹੈ ਬੂਫਰ ਲਾਈ ਹੋਏ ਹੈ ਅੱਛਾ ਔਰ 51 ਇਹਦੇ ਚ ਟਰੈਕਟਰ ਯੂਜ਼ ਕੀਤੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਰਾਜਸਥਾਨ ਤੋਂ ਆਪਾਂ ਨੇ ਮੰਗਵਾਏ ਅੱਛਾ ਟਰੈਕਟਰ ਦੋ ਤਿੰਨ ਅੱਛਾ ਹਾਂਜੀ ਉਹ ਟਰੈਕਟਰ ਵੀ ਦੇਖਣ ਨੂੰ ਮਿਲਣਗੇ ਅੱਛਾ ਔਰ ਲੇਟੈਸਟ ਜਿਹੜੇ ਅੱਜ ਕੱਲ ਦੇ ਆ ਬਿਲਕੁਲ ਅਲਟਰਾ ਮਾਡਰਨ ਉਹ ਕਿੱਦਾਂ ਦੇ ਆ ਇੱਕ ਆਪਣੀ ਹੈਰੋਂ ਜਿਹਦੇ ਨਾਲ ਕਲਟੀਵੇਟ ਕਰਦੇ ਆ ਆਪਾਂ ਹਾਂ ਹਾਂ ਲੇਟੈਸਟ ਇੱਕ ਹਾਈਡਰੋਲਿਕ ਹੈਰੋਂ ਆਈ ਹੈ ਪਹਿਲਾਂ ਆਪਾਂ ਕਿੱਲੇ ਲਾਉਂਦੇ ਸੀ ਨਾ ਵੀ ਪਹਿਲੀ ਕਿੱਲੇ ਚਲਾਦੇ ਦੂਜੀ ਚ ਹਾਂ ਹੁਣ ਉਹ ਪ੍ਰੈਸ਼ਰ ਵਾਲੀ ਹੈਰੋਂ ਆ ਗਈ ਹੈ ਖੋਦ ਦਿਖਾਈ ਹੈ ਕਿ ਜਿੰਨੀ ਮਰਜ਼ੀ ਖੋਲੋ ਉਹਨੂੰ ਅੱਛਾ ਆਟੋਮੈਟਿਕ ਹੋ ਗਈ ਹੈ ਔਰ 레이저 레벨러 ਹੈ ਪੈਡੀ ਟ੍ਰਾਂਸਪਲੈਂਟਰ ਹੈ ਔਰ 8 ਟੈਰੀ ਟਰਾਲੀ ਹੈ اچھا ਉਹ ਪੰਜਾਬ ਚ ਦੋ ਜਾਂ ਤਿੰਨੇ ਨੇ ਪੂਰੇ ਪੰਜਾਬ ਹਾਂ 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 ਤਾਰਾ ਸਿੰਘ ਬਿਲਗਾ ਉਹਨਾਂ ਨੇ ਸਪੈਸ਼ਲੀ ਬਣਵਾਈ ਹੈ ਟਰਾਲੀ اچھا ਇਦਾਂ ਦੀ ਉਹ ਚੀਜ਼ਾਂ ਨੇ ਉਹ ਫਾਰਮਿੰਗ ਹੈ ਪਿਆਰ ਹੈ ਰੋਮਾਂਸ ਹੈ ਉਹ ਸਭ ਕੁਝ ਹੈ ਨੈਕਸਟ ਗਾਣਾ ਉਹ ਆ ਰਿਹਾ ਜੀ ਗਾਣਾ ਕਹਿੰਦਾ ਕੀ ਹੈ ਮੈਂ ਚਾਰਾ ਜਿ ਕੁਝ ਬਹੁਤ ਹੋ ਜਾਂਦਾ ਕਿ ਮਜ਼ਾ ਆ ਜਾਏ ਹਾਂ ਹਾਂਜੀ ਗਾਣਾ ਹੈਗਾ ਐਦਾਂ ਕਿ ਸਪੈਸ਼ਲੀ ਸਾਡੇ ਜੱਟਾਂ ਦੇ ਮੁੰਡਿਆਂ ਨੂੰ ਹੁੰਦਾ ਹੈ ਕਿ 10ਵੀਂ ਚ ਮੈਥ ਵਾਲੇ ਫਾਰਮੂਲੇ ਬਹੁਤ ਤੰਗ ਕਰਦੇ ਹੁੰਦੇ ਸਹੀ ਹੈ ਸਹੀ ਹੈ ਮੈਂ ਤਾਂ ਸਹੀ ਨਾ ਸੁਣੀ ਹੈ ਉਹ ਮੁੰਡਾ ਕਹਿੰਦਾ ਵੀ ਸਾਡੇ 10ਵੀਂ ਚ ਸਾਨੂੰ ਫਾਰਮੂਲੇ ਤੰਗ ਕਰਦੇ ਰਹੇ ਕੁਝ ਯਾਰਾਂ ਵੇਲੀਆਂ ਦੇ ਬਲਾਵਿਆਂ ਨੇ ਮਾਰ ਲਿਆ ਹੁਣ ਕੁੜੀ ਤੂੰ ਤੇਰਾ ਪਿਆਰ ਨਹੀਂ ਸਾਨੂੰ ਛੱਡਣਾ ਹੈ ਨਾ ਹਾਂ ਇਹ ਹੈ ਗਾਣਾ ਤੁਹਾਨੂੰ ਸੁਣਾਉਣਾ ਹਾਂ ਨਰਿੰਦਰ ਬਾਠ ਵੀਰਾ ਬੜਾ ਇੰਡਸਟਰੀ ਦੇ ਲੇਜੈਂਡਰੀ ਰਾਈਟਰ ਨੇ ਉਹਨਾਂ ਨੇ ਗਾਣਾ ਲਿਖਿਆ ਦੇਸੀ ਕ੍ਰਿਊ ਦਾ ਮਿਊਜ਼ਿਕ ਹੈ ਔਰ ਜਸਨ ਨੰਨੜਾ ਵੀਰ ਨੇ ਵੀਡੀਓ ਬਣਾਇਆ ਤੁਹਾਡੇ ਨਜ਼ਰ ਕਰਦਾ ਜੀ ਦਸਵੀਂ ਚ ਮੈਥ ਵਾਲੇ ਫਾਰਮੂਲੇ ਮਾਰ ਗਏ ਵਹਿਲਿਆਂ ਨੂੰ ਯਾਰਾਂ ਦੇ ਨਿਉਂ ਦੇ ਚੁੱਲ੍ਹੇ ਮਾਰ ਗਏ ਦਸਵੀਂ ਚ ਮੈਥ ਵਾਲੇ ਫਾਰਮੂਲੇ ਮਾਰ ਗਏ ਵਹਿਲਿਆਂ ਨੂੰ ਯਾਰਾਂ ਦੇ ਨਿਉਂ ਦੇ ਚੁੱਲ੍ਹੇ ਮਾਰ ਗਏ ਉਹ ਖੇਤੀ ਵਾੜੀ ਜੋਗੇ ਵੀ ਬਤੈ ਨਹੀਂ ਛੱਡਣੇ ਆਈ ਬਰ ਉਹਦਾ ਜੋੜਾ ਤਲਵਾਰਾਂ ਨੰਗੀਆਂ ਨੀ ਤੇਰੇ ਪਿੰਡ ਠੇਕੇ ਉੱਤੇ ਪਹਿਲੀ ਜੱਟ ਦੀ ਆ ਡੌਨੀਆਂ ਗਲੀ ਚ ਜਾਣ ਜਾਣ ਮੰਝੀਆਂ ਨੀ ਤੇਰੇ ਪਿੰਡ ਠੇਕੇ ਉੱਤੇ ਪਹਿਲੀ ਜੱਟ ਦੀ ਡੌਨੀਆਂ ਗਲੀ ਚ ਜਾਣ ਜਾਣ ਮੰਝੀਆਂ ਅਰੇ ਵਾਹ ਇਹ ਮਰ ਤਾਂ ਵੈਸੀ ਲਖਾ ਲੋ ਕੋਰੇ ਕਾਗੇ ਤੇ ਭਾਈ ਸੁਪਰ ਹਿੱਟ ਹੈ ਭਾਈ ਗਾਣਾ ਹੈ ਥੈਂਕ ਯੂ ਜੀ ਥੈਂਕ ਯੂ ਬਹੁਤ ਵਧੀਆ ਬਹੁਤ ਵਧੀਆ ਤੇ ਰਸ਼ਮ ਭਾਈ ਅੱਜ ਆਪਣੀਆਂ ਗੱਲਾਂ ਚੱਲੀਆਂ ਅੱਜ ਆਪਾਂ ਇਹਨਾਂ ਨੂੰ ਇੱਥੇ ਪੌਜ਼ ਕਰਦੇ ਹਾਂ ਅਗਲੀ ਵਾਰੀ ਮੁਲਾਕਾਤ ਹੋਏਗੀ ਆਪਾਂ ਗੱਲਾਂ ਬਾਤਾਂ ਇੱਥੋਂ ਹੀ ਅੱਗੇ ਚੱਕਾਂਗੇ ਠੀਕ ਹੈ ਜੀ ਤੇ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਹ ਜ਼ਿੰਦਗੀ ਦਾ ਤੁਹਾਡਾ ਮਿਊਜ਼ਿਕ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ ਹੈ ਤੇ ਇਹ ਸਫਲਤਾ ਦੇ ਮੁਕਾਮ ਤੇ ਹਮੇਸ਼ਾ ਟਿਕਿਆ ਰਹੇ ਤੇ ਇਹ ਵੱਡੇ ਚੈਲੰਜ ਨੂੰ ਤੁਸੀਂ ਸਰ ਕਰਦੇ ਰਹੋ ਹਮੇਸ਼ਾ ਵੈਗਰੂ ਦੀਆਂ ਮੇਹਰਾਂ ਬਣਿਆ ਰਹਿਣ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਜੀ ਬਹੁਤ ਹੀ ਧੰਨਵਾਦ 94.3 ਮਾਈ ਐਫ ਐਮ ਦੀ ਟੀਮ ਦਾ ਕਹਿੰਦੇ ਆ ਜੀਓ ਦਿਲ ਸੇ ਦਿਲ ਤੋਂ ਹੀ ਜੁਣਾ ਚਾਹੀਦਾ ਹੈ ਔਰ ਤੁਸੀਂ ਹਮੇਸ਼ਾ ਹੀ ਇਹਦਾ ਮੈਸੇਜ ਦਿੰਦੇ ਆ ਕਿ ਆਪਣੇ ਦਿਲ ਤੋਂ ਜਿਓ ਦਿਲ ਤੋਂ ਸਾਡੇ ਲਾਈਵ 뮤직 ਨੂੰ ਇੰਜੋਏ ਕਰਦੇ ਰਹੋ ਸਾਡੇ ਗੀਤਾਂ ਨੂੰ